ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਅਤੇ ਕੀ ਹਾਲ ਚਾਲ ਹੈ ਜਨਾਬ ਤੁਹਾਡੇ ਸਭ ਦਾ। ਉਮੀਦ ਕਰਨੀ ਆ ਕਿ ਤੁਸੀਂ ਸਭ ਹੋਵੋਗੇ ਖੈਰੀਅਤ ਦੇ ਨਾਲ। ਅੱਜ ਜਨਾਬ ਅਸੀਂ ਬਣਾ ਰਹੇ ਹਾਂ ਕਸ਼ਮੀਰੀਆਂ ਦੀ ਬੜੀ ਹੀ ਖਾਸ ਡਿਸ਼, ਜਿਹਨੂੰ ਓਜਰੀ ਵੀ ਕਿਹਾ ਜਾਂਦਾ ਹੈ, ਬੱਟ ਵੀ ਕਿਹਾ ਜਾਂਦਾ ਵੇ, ਅਤੇ ਇਹ ਵੀ ਬਣਾਵਾਂਗੇ ਅਤੇ ਨਾਲ ਅਸੀਂ ਕਰਾਂਗੇ ਵਿਆਹ ਦਾ ਅੱਜ ਐਂਡ ਵੀ। ਆਖਰੀ ਰਸਮ ਵੀ ਤਾਂ ਬੜੀ ਜ਼ਰੂਰੀ ਹੈ ਨਾ, ਉਹਦੇ ਤੋਂ ਬਗੈਰ ਤਾਂ ਵਿਆਹ ਨਾਮੁਕੰਮਲ ਹੈ। ਅਤੇ ਲਓ ਜੀ ਸ਼ੁਰੂ ਕਰਨੇ ਹਾਂ ਅਸੀਂ ਆਖਰੀ ਰਸਮ। ਗਾਨਾ ਸਦਰਾਂ ਦਾ ਗੁੰਦ ਕੇ ਲਿਆ ਨੀ ਅੰਬੜੀ, ਮਹਿੰਦੀ ਅਲੜੇ ਸਵਲੜੇ ਨੂੰ ਲਾ ਨੀ ਅੰਬੜੀ। ਅਤੇ ਹਾਂਜੀ ਅਸੀਂ ਬਣਾ ਰਹੇ ਹਾਂ ਪੂਰਾ ਸ਼ਾਦੀ ਵਾਲਾ ਮਾਹੌਲ। ਇਹ ਤੁਸੀਂ ਦੇਖ ਰਹੇ ਹੋ ਮੇਰੇ ਹੱਥ 'ਚ ਗਾਨਾ, ਸ਼ਾਇਦ ਕਿ ਕਈ ਲੋਕਾਂ ਨੂੰ ਪਤਾ ਨਹੀਂ ਹੋਏਗਾ ਕਿ ਗਾਨਾ ਕੀ ਹੁੰਦਾ ਵੇ। ਵੇਖੋ ਨਾ ਵਿਆਹ ਸ਼ੁਰੂ ਹੁੰਦਾ, ਸਭ ਨਾਲ ਪਹਿਲਾਂ ਮਾਈਓ, ਫਿਰ ਢੋਲਕੀਆਂ, ਫਿਰ ਉਸ ਤੋਂ ਬਾਅਦ ਮੇਰੇ ਅਜ਼ੀਜ਼ ਹਮਵਤਨੋ, ਉਸ ਤੋਂ ਬਾਅਦ ਜਿਹੜਾ ਹੈ ਨਾ ਆ ਜਾਂਦੀ ਹੈ ਜੀ ਸਾਡੇ ਵੱਲ ਇੱਕ ਰਸਮ ਹੁੰਦੀ ਹੈ ਮੇਢੀ ਦੀ। ਕੁੜੀ ਦੀਆਂ 7 ਮੇਢੀਆਂ ਕੀਤੀਆਂ ਜਾਂਦੀਆਂ ਨੇ, ਫਿਰ ਉਹਨਾਂ ਨੂੰ ਜਨਾਬ 7 ਸੁਹਾਗਣਾਂ ਮਿਲ ਕੇ ਖੋਲਦੀਆਂ ਨੇ, ਅਤੇ ਫਿਰ ਉਸ ਤੋਂ ਬਾਅਦ ਆਉਂਦੀ ਹੈ ਮਹਿੰਦੀ, ਫਿਰ ਆ ਜਾਂਦੀ ਹੈ ਬਰਾਤ, ਫਿਰ ਵਲੀਮਾ, ਫਿਰ ਮਕਲਾਵਾ, ਅਤੇ ਉਸ ਤੋਂ ਬਾਅਦ ਜਨਾਬ ਰਸਮ ਹੁੰਦੀ ਹੈ ਗਾਨਾ ਖੁੱਲ੍ਹਣ ਦੀ। ਬੜੀ ਮਜ਼ੇ ਦੀ ਰਸਮ ਹੁੰਦੀ ਹੈ। ਦੁੱਲਾ ਦੁੱਲਣ ਨੂੰ ਬਿਠਾ ਦਿੱਤਾ ਜਾਂਦਾ ਹੈ, ਇੱਕ ਰੱਖ ਦਿੱਤੀ ਜਾਂਦੀ ਹੈ ਪਰਾਤ, ਸਿਰਾ ਸੌਸਪੈਨ ਦੇ ਮੰਦਰਾ ਪਾਣੀ ਵੀ ਚੁੱਕਣਾ। ਅੱਛਾ ਫਿਰ ਜਿਹੜਾ ਨਾ ਇੱਕ ਪਰਾਤ ਰੱਖੀ ਜਾਂਦੀ ਹੈ ਇਸ ਤਰ੍ਹਾਂ ਦੀ, ਉਹਦੇ 'ਚ ਲੱਸੀ ਜਾਂ ਦੁੱਧ 'ਚ ਪਾਣੀ ਮਿਕਸ ਕਰਕੇ, ਕਈ ਲੋਕਾਂ ਨੂੰ ਇਸ ਰਸਮ ਦਾ ਪਤਾ ਹੋਏਗਾ। ਫਿਰ ਦੁੱਲਾ ਦੁੱਲਣ ਇੱਕ ਦੂਸਰੇ ਦਾ ਗਾਨਾ ਖੋਲ੍ਹਦੇ ਨੇ, ਗਾਨਾ ਜਨਾਬ ਉਹ ਖੋਲ੍ਹਦੇ ਨੇ, ਫਿਰ ਇੱਕ ਅੰਗੂਠੀ ਹੁੰਦੀ ਹੈ ਜੋ ਕਿ ਦੁੱਲੇ ਦੀ ਹੁੰਦੀ ਹੈ, ਉਹਨੂੰ ਦੁੱਧ ਲੱਸੀ ਪਾਣੀ ਜੋ ਬਣਿਆ ਹੁੰਦਾ ਨਾ ਉਹਦੇ 'ਚ ਫੁੱਲਾਂ ਦੀ ਪੱਤੀਆਂ ਵੀ ਪਾਈਆਂ ਹੁੰਦੀਆਂ ਅਤੇ ਉਹਨਾਂ 'ਚ ਸੁੱਟ ਦਿੱਤਾ ਜਾਂਦਾ, ਅਤੇ ਜਦੋਂ ਉਹਨਾਂ 'ਚ ਸੁੱਟ ਦਿੱਤਾ ਜਾਂਦਾ ਤਾਂ 3 ਵਾਰੀਆਂ ਹੁੰਦੀਆਂ ਨੇ। ਉਹ ਕੀ ਹੁੰਦਾ ਜੀ ਕਿ ਦੁੱਲਾ ਦੁੱਲਣ 'ਚ ਜਿਹੜਾ ਕੋਈ ਪਹਿਲਾਂ ਉਹਨੂੰ ਫੜ ਲਏਗਾ ਨਾ, ਅਤੇ ਤੁਸੀਂ ਸਮਝੋ ਫਿਰ ਕਿ ਸਾਰੀ ਜ਼ਿੰਦਗੀ ਜਿਹੜਾ ਨਾ ਉਹ ਬੀਬੀ ਦੀ ਮੰਨੇਗਾ, ਜਾਂ ਅਗਰ ਖਾਮਨ ਉਹਨੂੰ ਜਿਹੜਾ ਵੇ ਉਹ ਪਹਿਲਾਂ ਤਲਾਸ਼ ਕਰ ਲਏਗਾ ਅਤੇ ਖਾਮਨ ਜਿਹੜਾ ਵੇ ਉਹ ਉਹਨੂੰ ਸਾਰੀ ਜ਼ਿੰਦਗੀ ਉਹਨੂੰ ਪ੍ਰੋਟੋਕੋਲ ਮਿਲਦਾ ਰਹੇਗਾ। ਇੱਕ ਰਸਮ ਬਣੀ ਹੋਈ ਹੈ ਨਾ ਇਸ ਤਰ੍ਹਾਂ ਦੀ, ਅਤੇ ਫਿਰ ਉਸ ਤੋਂ ਬਾਅਦ ਜਨਾਬ ਉਹ ਜਿਹੜੀ ਅੰਗੂਠੀ ਹੁੰਦੀ ਹੈ ਦੁੱਲੇ ਦੀ, ਉਹ ਦੁੱਲੇ ਦੀ ਮਰਜ਼ੀ ਆਪਣੀ ਬੀਬੀ ਨੂੰ ਦੇ ਦੇਵੇ, ਕਿਉਂਕਿ ਇਸਲਾਮ ਵਿੱਚ ਵੈਸੇ ਵੀ ਹੈ ਨਾ ਕਿ ਮਰਦ ਅਤੇ ਸੋਨਾ ਹਰਾਮ ਹੈ, ਅਤੇ ਉਹ ਦੁੱਲਾ ਜੀ ਦੀ ਮਰਜ਼ੀ ਹੈ ਅਤੇ ਦੁਲਹਨ ਦੇ ਹੱਥੀ ਪਵਾ ਦੇ ਅਤੇ ਭਾਵੇਂ ਆਪ ਪਾ ਲੈਣ। ਅਤੇ ਮੈਂ ਵੀ ਸੋਚਿਆ ਵੀ ਇੰਨੇ ਦਿਨ ਤੋਂ ਸਾਡੇ ਘਰ ਵਿਆਹ ਰਚਿਆ ਹੋਇਆ ਅਤੇ ਵਿਆਹ ਦਾ ਹੁਣ ਐਂਡ ਕਰ ਹੀ ਦੇਈਏ, ਕਿ ਢੋਲਕੀਆਂ, ਮਹਿੰਦੀ, ਜਿਹੜਾ ਵੇ ਮਾਈਓ, ਫਿਰ ਉਸ ਤੋਂ ਬਾਅਦ ਜਿਹੜਾ ਬਰਾਤ, ਵਲੀਮੇ ਦੀ ਰੋਟੀ, ਬਰਾਤ ਦੀ ਰੋਟੀ ਬਾਅਦ 'ਚ ਖਵਾਈ ਗਈ, ਵਲੀਮੇ ਦੀ ਰੋਟੀ ਪਹਿਲਾਂ ਖਵਾ ਦਿੱਤੀ ਗਈ ਹੈ, ਵੈਸੇ ਇਹ ਗਲਤ ਕੰਮ ਹੋਇਆ। ਅਤੇ ਫਿਰ ਮਕਲਾਵੇ ਦਾ ਖਾਣਾ ਵੀ ਮੈਂ ਦਿੱਤਾ ਤੁਹਾਨੂੰ ਸਾਰਿਆਂ ਨੂੰ,
ਤੇ ਮੈਂ ਕਿਹਾ ਬਈ ਗਾਨੇ ਤੋਂ ਬਗੈਰ ਤੇ ਗੱਲ ਨਹੀਂ ਨਾ ਬਣਦੀ, ਇਸ ਤਰ੍ਹਾਂ ਤੇ ਵਿਆਹ ਹੀ ਅਧੂਰਾ ਹੈ। ਇਹ ਕਿੰਝ ਹੋ ਸਕਦਾ ਵੀ ਕਿ ਅਸੀਂ ਵਿਆਹ ਨੂੰ ਮੁਕੰਮਲ ਨਾ ਕਰੀਏ? ਤੇ ਵਿਆਹ ਕਰਨੇ ਆ ਮੁਕੰਮਲ ਸੁੱਕਾ ਧਨੀਆ ਤੇ ਦਾਲ ਚੀਨੀ ਤੇ ਮੋਟੀ ਇਲਾਚੀ ਪਾ ਕੇ, ਤੇ ਫਿਰ ਜਨਾਬ ਅਸੀਂ ਰਸਮ ਜਿਹੜੀ ਹੈ ਉਹਨੂੰ ਸ਼ੁਰੂ ਕਰ ਦਿੰਦੇ ਹਾਂ। ਤੇ ਮੈਂ ਕਿਹਾ ਕਿ ਗਾਨੇ ਦੀ ਰਸਮ ਦੇ ਨਾਲ ਨਾਲ ਖਰਬੂਜ਼ੇ ਖੋਲਣ ਦੀ ਰਸਮ ਵੀ ਕਰ ਲਈ ਜਾਏ। ਵੈਸੇ ਖੁਸ਼ਬੂ ਤਾਂ ਇਹਦੀ ਬੜੀ ਮੈਨੂੰ ਮਿੱਠੀ ਆ ਰਹੀ ਹੈ, ਹੁਣ ਖੋਲ੍ਹ ਕੇ ਦੇਖਦੇ ਹਾਂ ਕਿ ਇਹਦੇ ਵਿੱਚ ਕੀ ਹੈ। ਠੀਕ ਹੈ ਜੀ, ਅੱਜ ਦੀ ਜਿਹੜੀ ਵੀਡੀਓ ਵੇ ਇਹਨੂੰ ਪਲੀਜ਼ ਮਿਸ ਮਤ ਕਰਨਾ, ਇਹਨੂੰ ਤੁਸੀਂ ਜ਼ਰੂਰ ਦੇਖਣਾ। ਔਰ ਮੇਰੀ ਇੱਕ ਆਦਤ ਹੈ ਆਪਣੀ ਕਿ ਮੈਨੂੰ ਗਲਤ ਗੱਲ ਬਿਲਕੁਲ ਵੀ ਨਹੀਂ ਪਸੰਦ, ਚਾਹੇ ਕੋਈ ਆਪਣਾ ਹੈ ਜਾਂ ਗੈਰ ਹੈ। ਮੈਨੂੰ ਕਦੀ ਵੀ ਚੰਗਾ ਨਹੀਂ ਲੱਗਾ ਕਿਸੇ ਦਾ ਮਜ਼ਾਕ ਬਣਾਇਆ ਜਾਏ, ਕਿਸੇ ਦੇ ਬਾਰੇ 'ਚ ਫਜ਼ੂਲ ਗੱਲਾਂ ਕੀਤੀਆਂ ਜਾਣ, ਜਿਨ੍ਹਾਂ ਗੱਲਾਂ ਦਾ ਕੋਈ ਵਜੂਦ ਨਾ ਹੋਏ ਉਹਨਾਂ ਗੱਲਾਂ ਨੂੰ ਪੇਸ਼ ਕਰਤਾ ਜਾਏ, ਅਤੇ ਬੰਦਾ ਚੰਗਾ ਨਹੀਂ ਲੱਗਦਾ। ਖਰਬੂਜ਼ੇ ਦੀ ਜਿੰਨੀ ਸੋਹਣੀ ਖੁਸ਼ਬੂ ਸੀ ਨਾ, ਨਿਕਲਿਆ ਵਿੱਚੋਂ ਫਿੱਕਾ ਹੀ ਹੈ। ਬਹਰਹਾਲ ਸਾਡੇ ਪੇਸ਼ੈਂਟਸ ਵਾਸਤੇ ਬਿਲਕੁਲ ਠੀਕ ਹੈ। ਸਿਧਰਾ ਕੀ ਕਰੇ, ਅਤੇ ਸਿਧਰਾ ਕੱਟ ਕੇ ਉੱਥੇ ਚੀਨੀ ਪਾ ਕੇ ਰੱਖ ਦੇ ਅਤੇ ਮੁੜ ਕੇ ਖਾ ਲਵੇ, ਮਿੱਠਾ ਹੋ ਜਾਏਗਾ। ਅਤੇ ਮੈਂ ਕਿਹਾ ਗਾਨੇ ਦੀ ਰਸਮ ਤਾਂ ਇਹ ਤਾਂ ਨਹੀਂ ਕਿ ਬੰਦਾ ਮੂੰਹ ਬਣ ਕੇ ਬਹਿ ਜਾਏ, ਕਿ ਗੱਲਾਂ ਵੀ ਕਰਨੀਆਂ ਚਾਹੀਦੀਆਂ ਹਨ। ਅਤੇ ਅੱਜ ਕਿੰਨੇ ਦਿਨ ਤੋਂ ਇੱਕ ਟੌਪਿਕ ਛੁੜਿਆ ਹੋਇਆ ਹਿਨਾ ਦੇ ਮੌਜੂ 'ਤੇ, ਪਹਿਲਾਂ ਪਲਵਸ਼ਾ ਨੂੰ ਕਰਵਾਇਆ ਗਿਆ, ਉਸ ਤੋਂ ਬਾਅਦ ਹਿਨਾ ਦੇ ਸਿਰ ਚੜ੍ਹ ਗਈਆਂ ਬਲਾਵਾਂ। ਇੱਕੋ ਬੀਬੀ ਨੇ, ਬਲਕਿ ਮੈਂ ਉਹਨੂੰ ਬੇਟੀ ਜਾਂ ਭੈਣ ਹੀ ਕਹਿਣਾ ਚਾਹਵਾਂਗੀ, ਜਿਹੜੀ ਕੀ ਉਹ ਨਕਾਬ ਪੋਸ਼ ਜਿਹੀ ਹੈ ਉਹ, ਔਰ ਪਤਾ ਨਹੀਂ ਕੀ ਉਹ ਨਰਸ ਕਿ LHB ਕਿ ਡਾਕਟਰ ਹੈ, ਮੈਨੂੰ ਸਹੀ ਤਰ੍ਹਾਂ ਨਹੀਂ ਪਤਾ। ਮੈਂ ਤਾਂ ਉਹਨੂੰ ਉਦੋਂ ਹੀ ਦੇਖਿਆ ਸੀ ਜਦੋਂ ਉਹਨੇ ਮੇਰੇ ਬਾਰੇ 'ਚ ਲਿਖਿਆ ਕਿ ਪਲਵਸ਼ਾ ਕੀ ਸਭਸੇ ਬੜੀ ਦੁਸ਼ਮਣ। ਜਦੋਂ ਉਹਦੇ ਨਾਲ ਮੇਰੇ ਮਜ਼ਾਕਰਾਤ ਹੋਏ ਅਤੇ ਉਸ ਤੋਂ ਬਾਅਦ ਉਹਨੇ ਮੇਰੇ ਕੋਲੋਂ ਮਾਫ਼ੀ ਮੰਗੀ, ਉਹਨੇ ਪਲਵਸ਼ਾ ਕੋਲੋਂ ਵੀ ਮਾਫ਼ੀ ਮੰਗੀ, ਪਲਵਸ਼ਾ ਕੋਲੋਂ ਉਹਨੇ ਕਈ ਵਾਰੀ ਮਾਫ਼ੀ ਮੰਗੀ। ਇਹ ਕਿੱਥੇ ਲਿਖਿਆ ਗਿਆ ਕਿ ਤੁਸੀਂ ਵਾਰ ਵਾਰ ਜਿਹੜਾ ਵੀ ਉਹ ਗਲਤੀਆਂ ਕਰੋ ਔਰ ਮਾਫ਼ੀਆਂ ਮੰਗੋ? ਗਲਤੀ ਇੱਕ ਵਾਰੀ ਹੁੰਦੀ ਹੈ, ਦੋ ਵਾਰੀ ਹੁੰਦੀ ਹੈ, ਤਿੰਨ ਵਾਰੀ ਹੁੰਦੀ ਹੈ, ਵਾਰ ਵਾਰ ਗਲਤੀ ਨਹੀਂ ਹੁੰਦੀ। ਉਹਨੂੰ ਤੁਸੀਂ ਗਲਤੀ ਨਹੀਂ ਕਹਿ ਸਕਦੇ, ਉਹਨੂੰ ਤੁਸੀਂ ਜਾਣ ਬੁੱਝ ਕੇ ਕਹਿੰਦੇ ਹੋ ਕਿ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ। ਬਾਅਦ ਵਿੱਚ ਫਿਰ ਤੁਸੀਂ ਆਡੀਅੰਸ ਦੇ ਸਾਹਮਣੇ ਚੰਗਾ ਹੋਣ ਵਾਸਤੇ ਤੁਸੀਂ ਕਹਿੰਦੇ ਹੋ ਜੀ ਸਾਡੇ ਕੋਲ ਤਾਂ ਗਲਤੀ ਹੋ ਗਈ ਸੀ ਅਤੇ ਸਾਨੂੰ ਮਾਫ਼ ਕਰ ਦਿੱਤਾ ਜਾਏ। ਮੇਰੀ ਭੈਣ, ਮੇਰੀ ਬੇਟੀ, ਮੈਂ ਇੱਕ ਗੱਲ ਤੈਨੂੰ ਬੜੀ ਤਮੀਜ਼ ਨਾਲ ਕਰ ਰਹੀ ਹਾਂ, ਜਦਕਿ ਤੂੰ ਇਸ ਕਾਬਲ ਨਹੀਂ ਹੈ ਕਿ ਤੇਰੇ ਨਾਲ ਮੈਂ ਗੱਲ ਤਮੀਜ਼ ਨਾਲ ਕਰਾਂ। ਤੈਨੂੰ ਬੜਿਆਂ ਦੀ ਰਿਸਪੈਕਟ ਦਾ ਹੀ ਨਹੀਂ ਪਤਾ, ਠੀਕ ਹੈ? ਤੂੰ ਇੱਕ ਅੱਜ ਮੈਂ ਤੇਰਾ ਉਹ ਦੇਖਿਆ ਕਿ ਪਲਵਸ਼ਾ ਜੀ ਕਾ ਘਾਗਰਾ ਚੋਰੀ, ਅਗਰ ਤੂੰ ਇੱਜ਼ਤ ਵਾਲੇ ਘਰ ਤੋਂ ਬਿਲੋਂਗ ਕਰਨੀ ਹੈ ਨਾ, ਇਹ ਲਫ਼ਜ਼ ਦੀ ਬੜੀ ਗੱਲ ਹੈ। ਅਗਰ ਮੈਂ ਤੇਰੇ ਬਾਰੇ 'ਚ ਲਿਖਦਾ ਕਿ
ਡਾਕਟਰ ਸਾਹਿਬ ਕੀ ਮਿਸਿਸ ਕਾ ਘਾਗਰਾ ਚੋਲੀ, ਤੈਨੂੰ ਕਿੰਨਾ ਬੁਰਾ ਲੱਗੇਗਾ। ਅਗਰ ਤੂੰ ਇੱਜ਼ਤਦਾਰ ਕਰਦੀ ਹੈ ਨਾ, ਤੂੰ ਫੌਰੀ ਦਿਲ ਮਿਲਾਏਂਗੀ, ਤੈਨੂੰ ਵੱਢ ਚੜ੍ਹਨਗੇ ਕਿ ਇਹ ਮੇਰੇ ਬਾਰੇ ਕਿਉਂ ਕਿਸੇ ਨੇ ਲਿਖ ਦਿੱਤਾ। ਇੱਕ ਇੱਜ਼ਤ ਵਾਲਾ ਲਿਬਾਸ ਹੈ, ਅਗਰ ਉਹਨੇ ਆਪਣੀ ਬੇਟੀ ਦੀ ਸ਼ਾਦੀ 'ਤੇ ਉਹ ਗਰਾਰਾ ਪਾਇਆ, ਸ਼ਰਾਰਾ ਪਾਇਆ, ਇੱਥੇ ਫਾਤਮਾ ਜਿੰਨਾ ਵੀ ਪਾਉਂਦੇ ਸਨ। ਪਹਿਲੇ ਜ਼ਮਾਨੇ ਜਦੋਂ ਪਾਕਿਸਤਾਨ ਬਣਿਆ, ਉਸ ਦੌਰ ਦੇ ਵਿੱਚ ਜਿਹੜੀਆਂ ਤਹਿਰੀਕੇ ਆਜ਼ਾਦੀ ਦੇ ਵਿੱਚ ਖਵਾਤੀਨ ਨੇ ਸ਼ਿਰਕਤ ਕੀਤੀ, ਅਸੀਂ ਪੁਰਾਣੀਆਂ ਤਸਵੀਰਾਂ ਦੇਖਦੇ ਹਾਂ, ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਇਹ ਗਰਾਰੇ ਸ਼ਰਾਰੇ, ਇਹ ਉਹਨਾਂ ਦਾ ਲਿਬਾਸ ਸੀ, ਇਹ ਉਹਨਾਂ ਨੇ ਪਾਇਆ ਹੁੰਦਾ ਸੀ। ਔਰ ਪਰਵਸ਼ਾ ਨੇ ਅਗਰ ਆਪਣੀ ਬੇਟੀ ਦੀ ਸ਼ਾਦੀ 'ਤੇ ਉਹ ਪਾ ਗਿਆ ਹੈ ਤਾਂ ਕੋਈ ਗੁਨਾਹ ਹੋ ਗਿਆ ਕੀ ਸੀ ਉਹਦੇ ਵਿੱਚ? ਕਿਉਂ ਉਹਨੂੰ ਟਾਈਟਲ ਬਣਾਇਆ ਗਿਆ? ਕਿਉਂ ਉਹਨੂੰ ਕੰਟੈਂਟ ਬਣਾਇਆ ਗਿਆ? ਅਗਰ ਉਹ ਇੰਨੀ ਬੁਰੀ ਹੈ ਤਾਂ ਫਿਰ ਬੁਰੇ ਬੰਦੇ ਦਾ ਤਾਂ ਕੰਟੈਂਟ ਵੀ ਨਹੀਂ ਬਣਾਇਆ ਜਾਂਦਾ। ਮੈਂ ਉਹਨਾਂ ਦੀ ਕਜ਼ਨ ਇੱਕ ਪਾਸੇ ਹਾਂ, ਮੇਰਾ ਉਹਨਾਂ ਦਾ ਰਿਸ਼ਤਾ ਇੱਕ ਪਾਸੇ ਹੈ, ਮਗਰ ਉਹਦੀ ਯੂਟਿਊਬ ਦੇ ਚੈਨਲ ਤੋਂ ਮੈਂ ਉਹਦੀ ਇੱਕ ਅੱਛੀ ਫੈਨ ਵੀ ਹਾਂ, ਮੈਂ ਉਹਦੀ ਵੈਲ ਵਿਸ਼ਰ ਵੀ ਹਾਂ, ਕਿਉਂਕਿ ਜੋ ਕੰਮ ਉਹ ਕਰ ਰਹੀ ਹੈ ਨਾ, ਉਹ ਸਾਡੀ ਫੈਮਿਲੀ 'ਚ ਸਾਡੇ ਬੜੇ ਹਮੇਸ਼ਾ ਕਰਦੇ ਰਹੇ, ਹੁਣ ਵੀ ਕਰਦੇ ਨੇ। ਔਰ ਜਦੋਂ ਤੂੰ ਉਹਦਾ ਨਾਮ ਲੈ ਕੇ ਉਹਦੀ ਬੇਟੀ ਦਾ ਜ਼ਿਕਰ ਕਰਨੀ ਹੈ ਬਾਰ ਬਾਰ, ਮੈਂ ਅੱਜ ਤਮਾਮ ਆਡੀਅੰਸ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਬੇਟੀਆਂ ਜਦੋਂ ਅਗਲੇ ਘਰ ਵਿਆਹ ਕੇ ਅਸੀਂ ਟੋਰਨੇ ਹਾਂ ਨਾ, ਤਾਂ ਅਸੀਂ ਹਮੇਸ਼ਾ ਹੱਥੋਂ ਲਿਮਕਾ ਕੋਸ਼ਿਸ਼ ਕਰਦੇ ਹਾਂ ਕਿ ਕਦੀ ਵੀ ਕੋਈ ਇਹੋ ਜਿਹੀ ਗੱਲ ਨਾ ਹੋਏ ਜਿਹੜੀ ਬੇਟੀਆਂ ਦੇ ਸਸੁਰਾਲ ਵਾਲਿਆਂ ਤੱਕ ਜਾਏ, ਜੋ ਕਿ ਉਹਨਾਂ ਨੂੰ ਬੁਰੀ ਲੱਗੇ। ਕਿਆ ਤੁਹਾਨੂੰ ਰਿਐਕਸ਼ਨ ਵਾਲਿਆਂ ਨੂੰ ਇੱਕ ਦਿਨ ਵੀ ਸ਼ਰਮ ਆਈ? ਸ਼ੁਕਰ ਅੱਲਾਹ ਦਾ ਕਿ ਬੇਟੀ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਗਈ ਹੈ, ਉਹ ਤਾਂ ਇਸ ਚੀਜ਼ ਨੂੰ ਸਮਝ ਰਹੇ ਨੇ, ਮਗਰ ਉਹਨਾਂ ਦੇ ਵੀ ਕੋਈ ਮਿਲਣ ਮਿਲਾਉਣ ਵਾਲੇ ਜਦੋਂ ਉਹਨਾਂ ਨੂੰ ਕਾਲ ਕਰਨਗੇ ਕਿ ਤੁਹਾਡੀ ਤਾਂ ਜੀ ਸਮਧਨ ਦੇ ਬਾਰੇ 'ਚ ਇਹ ਵੀਡੀਓ ਬਣੀ ਹੈ, ਤੁਹਾਡੀ ਤਾਂ ਸਮਧਨ ਦੇ ਬਾਰੇ, 4 ਦਿਨ ਚੁੱਪ ਰਹਿਣਗੇ, 2 ਮਹੀਨੇ, 4 ਮਹੀਨੇ, 6 ਮਹੀਨੇ, ਉਸ ਤੋਂ ਬਾਅਦ ਉਹਦਾ ਰਿਐਕਸ਼ਨ ਕੀ ਹੋਏਗਾ? ਕਿ ਬੇਟੀ ਵਾਸਤੇ ਪ੍ਰੋਬਲਮ ਕ੍ਰੀਏਟ ਹੋ ਜਾਏਗੀ, ਉਹਨੂੰ ਗੱਲਾਂ ਹੋਣ ਲੱਗ ਜਾਣਗੀਆਂ। ਕਿਆ ਤੁਸੀਂ ਸਾਰੀਆਂ ਦਾ ਮਕਸਦ ਇਹੋ ਹੀ ਹੈ ਕਿ ਲੋਕਾਂ ਦੇ ਘਰ ਉਜਾੜਨੇ? ਇਹ ਇਨਸਾਨੀਅਤ ਹੈ? ਮੂੰਹ ਢੱਕ ਕੇ ਆਉਣ ਨਾਲ ਤੁਸੀਂ ਅਗਰ ਕਹੋ ਕਿ ਅਸੀਂ ਬੜੇ ਇਸਲਾਮੀ ਹਾਂ, ਕਦੀ ਡਾਕਟਰ ਫਰਹ ਹਾਸ਼ਮੀ ਨੇ ਸੁਣਿਆ? ਉਹ ਕਿੰਨਾ ਪਲਾਈਟ ਦੀ ਗੱਲ ਕਰਦੀ ਹੈ, ਉਹ ਕੈਮਰੇ ਦੇ ਸਾਹਮਣੇ ਆਉਂਦੀ ਹੈ, ਹਿਜਾਬ ਵਿੱਚ ਆਉਂਦੀ ਹੈ, ਮਗਰ ਉਹ ਇਹ ਨਹੀਂ ਕਹਿੰਦੀ ਕਿ ਮੈਂ ਆਪਣੇ ਆਪ ਨੂੰ ਸੇਵ ਰੱਖਿਆ ਹੈ। ਆਪਣੇ ਆਪ ਨੂੰ ਸੇਵ ਅਗਰ ਤੂੰ ਕਹਿ ਰਹੀ ਹੈ ਨਾ, ਮੈਂ ਰੱਖਿਆ ਹੈ, ਇਸਲਾਮ ਹੀ ਕਹਤਾ ਹੈ, ਇਸਲਾਮ ਵੋ ਕਹਤਾ ਹੈ, ਚੁੱਪ 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 ਬੋਲਣੀ ਹੈ, ਸਾਡੇ ਕੋਲ ਤਾਂ ਕੁਝ ਬੋਲਿਆ ਵੀ ਨਹੀਂ ਜਾਂਦਾ। ਇਸਲਾਮ ਤਾਂ ਫਿਰ ਇਹ ਵੀ ਕਹਿੰਦਾ ਕਿ ਔਰਤ ਦੀ ਆਵਾਜ਼ ਵੀ ਬਾਜਣਾ ਚਾਹੀਦੀ, ਫਿਰ ਤੈਨੂੰ ਤਾਂ ਆਵਾਜ਼ ਵੀ ਨਹੀਂ ਕਰਨੀ ਚਾਹੀਦੀ, ਮਗਰ ਤੂੰ ਤਾਂ ਉਸ ਆਵਾਜ਼ ਨਾਲ ਬੋਲਣੀ ਹੈ ਕਿ ਤੇਰੀ ਆਵਾਜ਼ ਕੰਨਾਂ ਦੇ ਵਿੱਚ ਚੁੱਭਦੀ ਹੈ, ਤੇਰੀ ਆਵਾਜ਼ ਨਾਲ ਦਿਲ ਨੂੰ ਜਾਂ ਰੂਹ ਨੂੰ ਤਸਕੀਨ ਨਹੀਂ ਮਿਲਦੀ, ਤੇਰੀ ਆਵਾਜ਼ ਨਾਲ ਇੰਨੀ ਤਕਲੀਫ ਹੁੰਦੀ ਹੈ ਕਿ ਮੈਂ ਬਿਆਨ ਨਹੀਂ ਕਰ ਸਕਦੀ। ਔਰ ਮੈਂ ਇਹ ਸੋਚ ਰਹੀ ਹਾਂ ਕਿ ਜਦੋਂ ਹਿਨਾ ਵਿਚਾਰੀ ਤੇਰੀਆਂ ਗੱਲਾਂ ਸੁਣਦੀ ਹੈ, ਖੁਦਾ ਦਾ ਖੌਫ ਕਰ, ਮਤ ਗੁਮੰਡ ਕਰ, ਮਤ ਗਰੂਰ ਕਰ ਕਿ ਤੇਰਾ ਖਾਮਨ ਕਮਾ ਰਿਹਾ ਔਰ ਤੂੰ ਖਾ ਰਹੀ ਹੈ। ਅੱਜ ਵਸੀਮ ਬਿਮਾਰ ਹੈ, ਵਸੀਮ ਕੰਮ ਨਹੀਂ ਕਰ ਸਕਦਾ, ਹਿਨਾ ਨੇ ਜਿਹੜੀ ਆਪਣੇ ਘਰ ਨੂੰ ਮੈਨੇਜ ਕਰ ਲਈ ਹੈ, ਉਹ ਪਾਕਿਸਤਾਨ ਕਿਸ ਵਾਸਤੇ ਆਉਂਦੀ ਹੈ? ਕਿਆ ਖਬਰ ਹੈ ਇਸ ਗੱਲ ਦੀ? ਪਾਕਿਸਤਾਨ ਆਉਂਦੀ ਹੈ, ਉਹ ਕੱਪੜੇ ਪਰਚੇਜ਼ ਕਰਦੀ ਹੈ, ਲੋਕਾਂ ਦੇ ਕੱਪੜੇ ਸਿਲਵਾਉਂਦੀ ਹੈ, ਸਿਲਵਾ ਕੇ ਆਪਣੇ ਕਸਟਮਰ ਤੱਕ ਲੈ ਕੇ ਆਉਂਦੀ ਹੈ, ਕਿਉਂਕਿ ਉਹਦਾ ਸੋਰਸ ਆਫ ਇਨਕਮ ਹੋ ਗਈ ਹੈ।
ਜਿੱਥੇ ਯੂਟਿਊਬ ਲੱਖਾਂ ਘਰਾਂ ਦੀ ਕਪਾਲਤ, ਕਰੋੜਾਂ ਘਰਾਂ ਦੀ ਕਪਾਲਤ ਕਰ ਰਿਹਾ, ਮੈਂ ਤਾਂ ਵੈਸੇ ਸਲੂਟ ਪੇਸ਼ ਕਰਨੀ ਆ ਯੂਟਿਊਬ ਨੂੰ। ਯੂਟਿਊਬ 'ਤੇ ਇਨਕਮ ਵਾਸਤੇ ਕਿਸੇ ਸਨਅਤ ਦੀ ਜ਼ਰੂਰਤ ਨਹੀਂ, ਕਿਸੇ ਡਿਗਰੀ ਦੀ ਜ਼ਰੂਰਤ ਨਹੀਂ। ਅਨਪੜ੍ਹ ਤਬਕਾ, ਮਜ਼ਦੂਰ ਤਬਕਾ ਲੱਖਾਂ ਰੁਪਇਆ ਕਮਾ ਰਿਹਾ, ਖਾ ਰਿਹਾ। ਸ਼ੁਕਰ ਮੇਰੇ ਮਾਲਕ ਦਾ, ਅੱਲਾਹ ਹਰ ਕਿਸੇ ਨੂੰ ਨਵਾਜ਼ੇ। ਅਤੇ ਤੁਸੀਂ ਲੋਕ ਇਸ ਗੱਲ 'ਚ ਕੀ ਹਸਦ ਕਰਦੇ ਹੋ? ਖਾਮ ਖਾ ਦਾ ਰੀਐਕਸ਼ਨ, ਕਦੀ ਕਿਸੇ ਦੇ ਗੱਲ, ਕਦੀ ਕਿਸੇ ਦੇ ਗੱਲ, ਕਦੀ ਕਿਸੇ ਦੇ ਗੱਲ। ਮਗਰ ਇੱਕ ਰਿਕੁਐਸਟ ਕਰਾਂਗੀ, ਹੀਨਾ ਵਰਗੀ ਕੁੜੀਆਂ ਤੋਂ ਹੱਥ ਆਪਣਾ ਚੁੱਕੋ। ਇਹ ਨਾ ਹੋਏ ਕਿ ਇੱਕ ਦਿਨ ਤੁਸੀਂ ਉਸ ਤੋਂ ਬੁਰੀ ਕੰਡੀਸ਼ਨ 'ਚ ਆਓ ਔਰ ਫਿਰ ਤੁਹਾਨੂੰ ਅਹਿਸਾਸ ਹੋਏ ਕਿ ਅਸੀਂ ਕਿਸੇ ਨਾਲ ਕੀਤਾ ਸੀ ਔਰ ਅੱਜ ਸਾਡੇ ਅੱਗੇ ਆਇਆ। ਤੂੰ ਮੇਰੀ ਛੋਟੀ ਭੈਣ ਵੀ ਹੈ, ਮੇਰੀ ਬੇਟੀਆਂ ਤਰ੍ਹਾਂ ਨੂੰ। ਤੂੰ ਜੋ ਕੁਛ ਕਰ ਰਹੀ ਹੈ ਨਾ, ਕੱਲ੍ਹ ਨੂੰ ਤੇਰੇ ਬੇਟੇ ਨੂੰ ਕੋਈ ਆਪਣੀ ਧੀ ਨਹੀਂ ਦੇਵੇਗਾ। ਅਗਲੇ ਕਹਿਣਗੇ ਕਿ ਜੇ ਮਾਂ ਹੀ ਦੀ, ਇਹਨੂੰ ਅਸੀਂ ਧੀ ਦੇ ਕੇ ਅਤੇ ਆਪਣੀ ਧੀ ਸਾਰੀ ਜ਼ਿੰਦਗੀ ਨਵਾਣੀ ਹੈ? ਇਹ ਤਾਂ ਕਿਸੇ ਨਹੀਂ ਕਿਹਾ ਗਿਆ ਕਿ ਤੁਸੀਂ ਕਿਸੇ ਦੀ ਨਿੱਕੀ ਨਿੱਕੀ ਗੱਲ ਜਿਹੜੀ ਹੈ ਉਹਨੂੰ ਤੁਸੀਂ ਜਿਹੜਾ ਵੇ ਉਹ ਫੜੋ ਔਰ ਮੌਲਾਨਾ ਹੀ ਨਾ ਕਹਿਣਾ ਅਤੇ ਜਨਾਬਾ, ਮੁਹਤਰਮਾ, ਆਲਮਾ ਸਾਹਿਬਾ, ਕਿਸੇ ਤਾਂ ਟੋਂਟ ਇਸ ਤਰ੍ਹਾਂ ਨਹੀਂ ਕਰੀ ਦਾ ਹੁੰਦਾ। ਮੈਂ ਤਾਂ ਤੈਨੂੰ ਬੜਾ ਨਾਈਸ ਸਮਝਿਆ ਸੀ ਜਦੋਂ ਤੂੰ ਮੇਰੇ ਕੋਲ ਮਾਫ਼ੀ ਮੰਗੀ, ਮੈਨੂੰ ਗਲਤੀ ਦਾ ਅਹਿਸਾਸ ਹੋ ਗਿਆ ਔਰ ਇਹਨੇ ਮੇਰੇ ਕੋਲ ਮਾਫ਼ੀ ਮੰਗ ਲਈ। ਇਹ ਤਾਂ ਬੜੀ ਗ੍ਰੇਟ ਔਰਤ ਹੈ। ਮੈਂ ਨਾਮ ਨਾਲ ਕੋਈ ਦੂਜਾ ਖਾਵਾਂ ਮੰਗਾਵਾਂ, ਨਹੀਂ ਤਾਂ ਫਿੱਕਾ ਸਵਾਦ ਵੀ ਜਾਏਗਾ, ਮੈਂ ਤਾਂ ਫਿੱਕਾ ਵੀ ਮਜ਼ੇ ਦਾ ਕਰ ਲਿਆ। ਹਰੀਆਂ ਮਿਰਚਾਂ ਦੀ ਕੁਆਲਿਟੀ ਰੱਖੀ ਹੋਈ ਮੈਂ, ਜਿਹਨਾਂ ਦੇ ਹਾਲਾਤ ਹੋਏ ਨੇ ਨਾ, ਦਿਲ ਕਰਦਾ ਬੰਦਾ ਹਰੀ ਮਿਰਚਾਂ ਹੀ ਖਾਵੇ। ਮੈਂ ਅੱਜ ਤੱਕ ਕਦੀ ਕਿਸੇ ਆਪਣੀ ਕਜ਼ਨ ਦੀ ਵੀਡੀਓ ਵੀ ਗੌਰ ਨਾਲ ਨਹੀਂ ਦੇਖੀ, ਠੀਕ ਹੈ? ਮੈਂ ਕਦੀ ਕਿਸੇ ਦੀ ਨਹੀਂ ਦੇਖੀ। ਮੈਂ ਜ਼ਿਆਦਾਤਰ ਇਹਨਾਂ ਲੋਕਾਂ ਦੀ ਵੀਡੀਓ ਦੇਖਦੀ ਹਾਂ ਜਿਹੜੇ ਵਿਚਾਰੇ ਕਿੰਨਾ ਥਾਵਾਂ ਦੇ ਲੋਕ ਨੇ, ਜਿਨ੍ਹਾਂ ਨੇ ਚੈਨਲ ਬਣਾਏ ਨੇ, ਜਿਨ੍ਹਾਂ ਦਾ ਰੁਜ਼ਗਾਰ ਹੀ ਉਹ ਹੀ ਹੈ। ਮੈਂ ਉਹਨਾਂ ਨੂੰ ਜ਼ਰੂਰ ਦਿੰਦੀ ਹਾਂ ਔਰ ਯਕੀਨ ਮੰਨੋ ਕਿ ਮੈਂ ਦਿਲ ਤੋਂ ਦੁਆ ਮੰਗਦੀ ਹਾਂ। ਮੈਂ ਕਹਿੰਦੀ ਹਾਂ ਜਾਂ ਪਾਕ ਪਰਵਰਦਿਗਾਰ ਕੋਲ ਆਲਮ ਦੀ ਖੈਰ, ਉਸ ਤੋਂ ਬਾਅਦ ਆਪਣੀ ਖੈਰ ਮੰਗਦੀ ਹਾਂ। ਨੀ ਬੀਬੀ ਤੂੰ ਕਿਹੜੇ ਪਾਸੇ ਲੱਗ ਰਹੀ ਹੈ? ਕਦੀ ਤੂੰ ਉਹਨੂੰ ਮੌਲਾਨਾ ਬਣਾਉਂਦੀ ਹੈ, ਕਦੀ ਤੂੰ ਉਹਨੂੰ ਕੁਛ ਕਹਿੰਦੀ ਹੈ, ਕਦੀ ਤੂੰ ਉਹਨੂੰ ਕੁਛ ਕਹਿੰਦੀ ਹੈ। ਇਹ ਗੱਲਾਂ ਤੇਰੇ ਮੂੰਹ 'ਤੇ ਨਹੀਂ ਪੈਂਦੀਆਂ। ਕਦੀ ਧੀਆਂ ਦੇ ਘਾਗਰੇ ਚੋਲੀਆਂ ਦੇ ਭੈਣਾਂ ਦੇ ਆ ਕੇ ਗੱਲਾਂ ਕਰਨੀਆਂ? ਕਿਆ ਇਹ ਇਨਸਾਨੀਅਤ ਹੈ? ਕਿਆ ਇੱਜ਼ਤਦਾਰ ਘਰਾਂ ਦੀ ਔਰਤਾਂ ਦਾ ਇਹ ਮਿਆਰ ਹੈ? ਮੈਂ ਯਕੀਨ ਕਰੋ ਕਿ ਅੱਧੀ ਰਾਤੀ ਭਰਾ ਮੇਰੇ ਦਾ ਫੋਨ ਆ ਜਾਏ ਨਾ ਬਾਹਰੋਂ, ਕਿ ਅੱਲਾ ਦੀ ਕਸਮ ਮੈਂ ਡਰਦਿਆਂ ਫੋਨ ਚੁੱਕਦੀ ਹਾਂ ਵੀ ਹਾਏ ਹਾਏ ਕਿਤੇ ਕੋਈ ਗਲਤੀ ਤਾਂ ਨਹੀਂ ਹੋ ਗਈ। ਅਸੀਂ ਤਾਂ ਇੰਨਾ ਡਰਦੇ ਹਾਂ, ਤੂੰ ਇੰਨਾ ਆ ਕੇ ਫਜ਼ੂਲ ਬੋਲਣੀ ਹੈ? ਤੂੰ ਲੋਕਾਂ ਦੇ ਮਰਦਾਂ ਨੂੰ ਘਟੀਆ ਕਹਿੰਦੀ ਹੈ, ਘਟੀਆ ਮਰਦ, ਇਹ ਤੇਰੀ ਹੀ ਵੀਡੀਓ ਦੇ ਵਰਡ ਹੈਗੇ ਨੇ। ਅਤੇ ਮੇਰਾ ਖਿਆਲ ਹੈ ਮੈਨੂੰ ਤਾਂ ਫਿਰ ਘਟੀਆ ਉਹੀ ਮਰਦ ਲੱਗੇਗਾ ਜਿਹੜਾ ਤੈਨੂੰ ਲਗਾਮ ਨਹੀਂ ਪਾ ਸਕਿਆ, ਜਿਹੜਾ ਤੈਨੂੰ ਕੁਛ ਨਹੀਂ ਕਹਿ ਸਕਿਆ। ਤੂੰ ਕਹਿੰਦੀ ਹੈ ਕਿ ਪਲਵਚਾ ਨੇ ਜੇ ਕਰ ਦਿਆ, ਇਹਨਾਂ ਨੇ ਉਹ ਕਰ ਦਿਆ। ਤੂੰ ਇੱਕ ਡੇਢ ਸਾਲ ਤੋਂ ਉਹਨਾਂ ਵਿਚਾਰੀਆਂ ਨੂੰ ਦਲੀਲ ਕੀਤਾ, ਜਦੋਂ ਖੁਦਾਦਾ ਹੋ ਕੀ ਨਹੀਂ ਆਉਂਦਾ ਹੈ ਕਿ ਉਸ ਵਿਚਾਰੀ ਦਾ ਖਾਮਨ ਬਿਮਾਰ ਹੈ, ਉਹ ਵਰਕ ਨਹੀਂ ਅਜੇ ਕਰ ਸਕਦਾ। ਅੱਲਾ ਦੀਆਂ ਇਨਸ਼ਾਅੱਲਾ ਉਹਨੂੰ ਉਹਦੇ ਪੈਰਾਂ 'ਤੇ ਖੜਾ ਕਰੇਗਾ। ਸਾਰੀ ਜ਼ਿੰਦਗੀ ਉਹਨੇ ਹੀ ਬੀਵੀ ਨੂੰ ਕਮਾ ਕੇ ਖਵਾਇਆ, ਉਹਨੇ ਹੀ ਆਪਣੇ ਬੱਚੇ ਜਿਹੜੇ ਨੇ ਅੱਲਾ ਦੀ ਜਾਤ ਤੋਂ ਬਾਅਦ ਪਾਲ ਲਿਆ। ਅਤੇ ਅੱਜ ਵੀ ਅਗਰ ਉਹ ਨਹੀਂ ਕੁਛ ਕਰ ਸਕਦਾ, ਜਾਂ ਉਹਦੀ ਬੀਵੀ ਅੱਛੀ ਬੀਵੀਆਂ ਦੀ ਨਿਸ਼ਾਨੀ ਹੈ ਕਿ ਮੁਸ਼ਕਿਲ ਵਕਤ 'ਚ ਆਪਣੇ ਖਾਵਨ ਦਾ ਸਾਥ ਦੇਣਾ,
ਅੱਲਾ ਉਹਨਾਂ ਦੇ ਕਿੰਨਾ ਕੁ ਰਾਜ਼ੀ ਹੁੰਦਾ। ਅਤੇ ਤੁਹਾਡੇ ਵੱਲ ਹੀ ਔਰਤਾਂ ਦੇ ਕਹਿੰਦੇ ਕਿ ਉਹਨਾਂ ਦੇ ਉਹ ਪੈਰਾਂ ਦੇ ਵਿੱਚ ਵਿਛਾਉਂਦੀਆਂ ਨੇ ਕਿ ਆਓ ਤੁਹਾਨੂੰ ਕੰਡੇ 'ਚ ਪਈਏ, ਤੁਸੀਂ ਕਿਹੜੀ ਨਿਕਲੀਆਂ ਉਹ ਘਰੋਂ ਬਾਹਰ ਕਮਾਉਣ ਵਾਸਤੇ, ਤੁਸੀਂ ਤੁਹਾਨੂੰ ਕੀ ਹੱਕ ਕਿ ਤੁਸੀਂ ਆਪਣੇ ਬੱਚੇ ਪਾਲੋ। ਕਦੀ ਵੀ ਨਾ ਵੀ ਬੇਟੀਆਂ 'ਤੇ ਤੂੰ ਅਟੈਕ ਕਰਨੀ, ਔਰ ਹਾਂ ਤੂੰ ਕਿਹਾ ਕਿ ਉਹਦੀ ਫਿਰ ਬੱਚਾ ਔਰ ਕਿਹਾ ਕਿ ਮੇਰੀ ਬੇਟੀ ਦੀ ਤਸਵੀਰ ਇਹਨੇ ਵਾਇਰਲ ਕੀਤੀ ਹੈ, ਤੂੰ ਪਲੀਜ਼ ਇਸ ਤਰ੍ਹਾਂ ਕਰ ਮੇਰੀ ਭੈਣ ਮੈਨੂੰ ਉਹ ਵੀਡੀਓ ਭੇਜ, ਉਹਨੇ ਕਿਹੜੀ ਵੀਡੀਓ ਦਿੱਤੀ ਹੈ, ਠੀਕ ਹੈ। ਔਰ ਅਗਰ ਤੂੰ ਇਸ ਗੱਲ 'ਤੇ ਆ ਕੇ ਉਹਨਾਂ ਨੂੰ ਚੈਲੇਂਜ ਕਰਨੀ ਹੈ ਕਿ ਮੈਂ ਵੀ ਤੈਨੂੰ ਚੈਲੇਂਜ ਕਰਨੀ ਹਾਂ ਕਿ ਤੂੰ ਮੈਨੂੰ ਕਿਹਾ ਕਿ ਆਈ ਡੀਆਂ ਇਹਦੀਆਂ 4-5 ਬਣੀਆਂ ਹੋਈਆਂ ਨੇ, ਇਹ ਉਹਨਾਂ 'ਤੇ ਜਾ ਕੇ ਖੁਦ ਕਮੈਂਟਸ ਕਰਦੀ ਹੈ, ਔਰ ਇਹ ਜਿਹੜਾ ਬਿਨਾ ਮੇਰੇ ਬਾਰੇ 'ਚ ਗੱਲਾਂ ਕਰਦੀ ਹੈ। ਫਿਰ ਜਦੋਂ ਮੈਂ ਤੈਨੂੰ ਇਹ ਲਫ਼ਜ਼ ਕਹਿ ਕਿ ਮੈਨੂੰ ਪੁਰਾਣੇ ਪਾਕ 'ਤੇ ਤੂੰ ਪੂਰੀ ਦੁਨੀਆ ਦੇ ਸਾਹਮਣੇ ਹਲਫ਼ ਦੇ ਕਿ ਮੇਰੀ ਆਈ ਡੀਜ਼ ਨੇ ਜਾਂ ਮੈਂ ਤੈਨੂੰ ਕੋਈ ਇਹੋ ਜਿਹੇ ਮਾਯੂਸ ਅਲਫਾਜ਼ ਬੋਲੇ ਨੇ ਅਤੇ ਮੈਂ ਆਪਣਾ ਚੈਨਲ ਬੰਦ ਕਰਦਾ, ਔਰ ਤੂੰ ਮੈਨੂੰ ਪਰਵਰਿਸ਼ਾ ਦਾ ਦੱਸ ਕਿ ਉਹਨੇ ਕਿਹੜੀ ਵੀਡੀਓ 'ਚ ਕਿਹਾ, ਮੈਨੂੰ ਪਰੂਫ ਦੇ। ਅਗਰ ਉਹਨੇ ਇਹ ਗੱਲ ਕੀਤੀ ਹੈ ਮੈਂ ਆਪਣੀ ਰਿਸ਼ਤੇਦਾਰੀ ਵੀ ਛੋੜਾਂਗੀ, ਔਰ ਮੈਂ ਪੂਰੀ ਦੁਨੀਆ ਦੇ ਸਾਹਮਣੇ ਤੈਨੂੰ ਬਹੁਤ ਮਹਾਨ ਔਰਤ ਜਿਹੜਾ ਨਾ ਉਹ ਕਹਾਂਗੀ। ਮਗਰ ਤੂੰ ਜਿਨ੍ਹਾਂ ਨੂੰ ਇੰਨਾ ਪਰੇਸ਼ਾਨ ਕੀਤਾ, ਤੇਰੇ ਅੰਦਰ ਅੱਲਾਹ ਦਾ ਖੌਫ ਨਹੀਂ, ਉਹਦਾ ਖਾਮਨ ਦੀ ਮਾਂ ਹੈ, ਉਹ ਹਾਲਾਤ ਨਾਲ ਲੜ ਰਹੀ ਹੈ, ਉਹਦਾ ਰੈਂਟ ਦਾ ਘਰ ਹੈ। ਕੱਲ੍ਹ ਇੱਕ ਬੇਟੀ ਨੇ ਕਮੈਂਟ ਕੀਤਾ ਹੋਇਆ ਸੀ ਕਿ ਹੀਨਾ ਆਪਣੀ ਨੇ ਵੀ ਜੋ ਹੱਦ ਕਰਦੀ, ਜਿਹੜਾ ਉਹ 1.5 ਸਾਲ ਬਾਅਦ ਬੋਲੀ ਹੈ, ਉਹ 1.5 ਸਾਲ ਬਾਅਦ ਤੜਪੀ ਹੈ ਕਿ ਸਾਡੇ ਨਾਲ ਹੁੰਦਾ ਕੀ ਪਿਆ, ਕਿ ਅੱਲਾਹ ਦੀ ਮਖਲੂਕ ਨਾਲ ਭਲਾ ਕਰਨ ਦਾ ਇਹ ਜਿਹੜਾ ਸਾਨੂੰ ਮਿਲ ਰਿਹਾ ਕਿ ਇਸ ਤਰ੍ਹਾਂ ਸਾਡੇ ਉੱਤੇ ਜ਼ਬਾਨ ਦਰਾਜ਼ੀ ਕੀਤੀ ਜਾ ਰਹੀ ਹੈ। ਔਰ ਦੂਸਰਾ ਤੁਸੀਂ ਕਹਿੰਦੇ ਹੋ ਕਿ ਉਹ ਸੈਰੇ ਕਰਤੀ ਹੈ, ਉਹ ਪਾਕਿਸਤਾਨ ਆਤੀ ਹੈ, ਪਾਕਿਸਤਾਨ ਆਉਂਦੀ ਹੈ ਅਤੇ ਆਪਣੇ ਕੰਮ ਦੇ ਸਿਲਸਿਲੇ 'ਚ ਆਉਂਦੀ ਹੈ, ਆਪਣੇ ਖਾਵਨ ਦੀ ਇਜਾਜ਼ਤ ਨਾਲ ਆਉਂਦੀ ਹੈ। ਐਤਰਾਜ਼ ਕਰੇ ਅਤੇ ਵਸੀਮ ਦੀ ਵਾਲਦਾ ਕਰੇ, ਐਤਰਾਜ਼ ਕਰਨ ਅਤੇ ਵਸੀਮ ਦੇ ਵਾਲਿਦ ਕਰਨ, ਅਸੀਂ ਤੁਸੀਂ ਕੌਣ ਐਤਰਾਜ਼ ਕਰਨ ਵਾਲੇ। ਮੈਂ ਕੱਲ੍ਹ ਵੀ ਇਹ ਗੱਲ ਕਹੀ ਕਿ ਤੁਸੀਂ ਕਦੀ ਇਹਨਾਂ ਨੂੰ ਦੇਖੋ ਅਤੇ ਉਹਦੀ ਸ਼ਕਲ 'ਤੇ ਉਦਾਸੀ ਹੈ, ਉਹਦੇ ਚਿਹਰੇ 'ਤੇ ਇੰਨੀ ਥਕਾਵਟ ਹੈ, ਉਹ ਕਿੰਨਾ ਵਰਕ ਕਰਦੀ, ਉਹ ਕਿੰਨਾ ਕੰਮ ਕਰਦੀ, ਘਰ ਨੂੰ ਸੰਭਾਲਣਾ, ਘਰ ਦੇ ਕੰਮ ਕਰਨੇ, ਬੱਚਿਆਂ ਨੂੰ ਦੇਖਣਾ, ਖਾਵਨ ਦੀ ਡਿਊਟੀ ਦੇਣੀ, ਖਾਵਨ ਨੂੰ ਹੋਸਪਿਟਲ ਲੈ ਕੇ ਜਾਣਾ, ਘਰ ਲੈ ਕੇ ਜਾਣਾ, ਖਾਵਨ ਦਾ ਖਾਣਾ ਅਲੱਗ ਬਣਾਉਣਾ, ਬੱਚਿਆਂ ਦਾ ਅਲੱਗ ਬਣਾਉਣਾ, ਇਹ ਤਾਂ ਨਹੀਂ ਕਿ ਆਪਣਾ ਮਿਲਣਾ ਜੁਲਣਾ ਛੋੜ ਦਿਓ। ਮੈਨੂੰ ਕੱਲ੍ਹ ਇੰਨਾ ਦੁੱਖ ਆਇਆ ਕਿ ਮੈਂ ਸਾਰੀ ਰਾਤ ਸੌ ਨਹੀਂ ਸਕੀ। ਮੇਰੀ ਵਾਲਦਾ ਸਨ ਨਾ, ਮੈਂ 3 ਸਾਲ ਦੀ ਸਨ ਕਿ ਮੇਰੇ ਵਾਲਦ ਦੇ ਦੁਕਾਨ ਹੁੰਦੇ, ਮੈਂ ਹਕੀਕਤ ਪਸੰਦ ਔਰਤ ਹਾਂ ਕਿਉਂਕਿ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਹਕੀਕਤ ਹੀ ਦੇਖੀ, ਔਰ ਮੈਂ ਹਕੀਕਤ ਹੀ ਬਿਆਨ ਕਰਦੀ ਹਾਂ। ਮੈਨੂੰ ਝੂਠ ਬੋਲਣ ਦੀ ਜਾਂ ਸ਼ੁੱਭ ਦਾ ਬਾਜ਼ੀ ਕਰਨ ਦੀ ਆਦਤ ਨਹੀਂ ਹੈ। ਔਰਤ ਜਿਹੜੀ ਹੈ ਨਾ, ਔਰਤ ਉਹ ਮਜ਼ਬੂਤ ਹੈ ਆਪਣੇ ਖਾਵਨ ਦੇ ਨਾਲ, ਸਿਰ ਦੇ ਸਾਈਆਂ ਵੀ ਉਹਦੀ ਰਿਸਪੈਕਟ ਹੈ। ਮੇਰੇ ਅੱਬੂ ਨੂੰ ਹਾਰਟ ਦਾ ਇਸ਼ੂ ਸੀ, ਉਦੋਂ ਪਾਕਿਸਤਾਨ ਵਿੱਚ 1978 ਵਿੱਚ ਪਾਕਿਸਤਾਨ ਦੇ ਵਿੱਚ ਹਾਰਟ ਦਾ ਇਲਾਜ ਹੀ ਨਹੀਂ ਸੀ। ਮੇਰੀ ਮਾਂ ਜਿੰਨੀ ਪਰੇਸ਼ਾਨ ਸੀ, ਮੈਂ 8 ਮਹੀਨੇ ਦੀ ਸਾਂ, ਮੈਂ 3 ਸਾਲ ਦੀ ਸਾਂ, ਮੇਰਾ ਭਾਈ ਜਿਹੜਾ ਵੀ ਉਹ 8 ਮਹੀਨੇ ਦਾ ਸੀ। ਮੇਰੀ ਮਾਂ ਕਹਿੰਦੀ ਹੈ ਮੈਂ ਸਾਰੀ ਰਾਤ ਸੌਂ ਨਹੀਂ ਸਕਦੀ ਕਿ ਮੇਰੇ ਬੱਚੇ ਬੜੇ ਛੋਟੇ ਨੇ, ਮੈਂ ਕੀ ਕਰਾਂਗੀ। ਮੇਰੇ ਵਾਲਦਾ ਦੀ ਜਿਹੜੀ ਸ਼ਾਦੀ ਹੋਈ ਉਹ ਮਿਡਲ ਸਕੂਲ ਦੀ ਹੈਡਮਿਸਟਰ ਸਨ। ਮੇਰੇ ਵਾਲਦ ਸਾਹਿਬ ਇੱਕ ਬਹੁਤ ਬੜੇ ਆਦਮੀ ਸਨ, ਇੱਕ ਬਹੁਤ ਬੜੀ ਸ਼ਖਸੀਅਤ ਸਨ।
ਅਸੀਂ ਤਾਂ ਕੱਖ ਵੀ ਨਹੀਂ ਆਏ। ਔਰ ਮੇਰੀ ਵਾਲਦਾ ਨੂੰ ਉਹਨਾਂ ਨੇ ਜੋਬ ਨਹੀਂ ਕਰਨ ਦਿੱਤੀ, ਉਹਨਾਂ ਨੇ ਜੋਬ ਕਰਵਾ ਦਿੱਤੀ। ਜ਼ਾਹਿਰ ਹੈ ਜਦੋਂ ਖਾਮਨ ਫੌਤ ਹੋ ਗਿਆ ਔਰ ਬੱਚੇ ਬੜੇ ਛੋਟੇ ਛੋਟੇ ਸਨ, ਸ਼ੁਕਰ ਅੱਲਾਹ ਦਾ ਕਿ ਜਾਇਦਾਦ ਕੀ ਕਰਤੀ, ਨਗਰ ਵਸਾਏ ਨਹੀਂ ਸਨ, ਕਿਉਂਕਿ ਅੰਮੀ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਫਸਲ 'ਚ ਕਾਸ਼ਤ ਕਰੀ ਹੋਈ ਹੈ। ਮੇਰੀ ਮਾਂ ਨੂੰ ਅਤੇ ਆਪਣੇ ਸ਼ਹਿਰ ਦੇ ਰਸਤਿਆਂ ਦਾ ਨਹੀਂ ਸੀ ਪਤਾ ਕਿ ਬਾਜ਼ਾਰ ਕਿਹੜੇ ਪਾਸੋਂ ਰਸਤਾ ਜਾਂਦਾ। ਸਿਰ 'ਤੇ ਪੈ ਗਿਆ ਹੀ ਨਾ, ਵਕਤ ਗੁਜ਼ਾਰਿਆ ਆਪਣੇ ਬੱਚਿਆਂ ਪਿੱਛੇ, ਆਪਣਾ ਆਪ ਮਾਰਿਆ। ਠੀਕ ਹੈ, ਜਿਸ ਔਰਤ ਨੇ ਕਦੀ ਤੰਦੂਰ 'ਤੇ ਰੋਟੀਆਂ ਨਹੀਂ ਸਨ ਲਾਈਆਂ, ਮੇਰੀ ਮਾਂ ਵਰਗੀ ਹਾਂਡੀਆਂ ਕੋਈ ਨਹੀਂ ਸੀ ਪਕਾਉਂਦਾ। ਸਬਜ਼ੀ ਜੇ ਅੱਜ ਆਮ ਹੋਈ ਨਾ ਪੂਰੀ ਦੁਨੀਆਂ 'ਚ, ਉਸ ਜ਼ਮਾਨੇ 'ਚ ਮੇਰੀ ਮਾਂ ਨੇ ਸਬਜ਼ੀ ਬਣਾਈ। ਠੀਕ ਹੈ, ਔਰ ਜਦੋਂ ਵਕਤ ਆਇਆ, ਇੱਕ ਵਕਤ ਸੀ ਕਿ ਘਰ 'ਚ 10-10 ਨੁਕਰਾਨੀਆਂ ਸਨ, ਇੱਕ ਵਕਤ ਸੀ ਕਿ ਕੋਈ ਨੁਕਰਾਨੀ ਨਹੀਂ ਸੀ। ਮਾਂ ਨੇ ਝਾੜੂ ਵੀ ਆਪ ਖੇਡੀ, ਸਾਡੇ ਕੱਪੜੇ ਵੀ ਆਪ ਖੇਡੇ, ਸਾਨੂੰ ਸਾਂਭਿਆ ਪਾਲਿਆ ਉਹਨੇ ਆਪ, ਸਾਡੇ ਵਾਸਤੇ ਬਾਹਾਂ ਵੀ ਸਾੜੀਆਂ। ਤੰਦੂਰ 'ਤੇ ਰੋਟੀ ਨਹੀਂ ਸੀ ਪਕਾਉਣੀ ਆਉਂਦੀ, ਉਹ ਵੀ ਪਕਾਈਆਂ। ਇੱਥੇ ਡਰ ਨਾ ਸੁਣੀ ਇਹੋ ਜਿਹੇ ਵਕਤ ਤੋਂ, ਬਜਾਏ ਇਸ ਤਰ੍ਹਾਂ ਕਿ ਤੁਸੀਂ ਉਹਨੂੰ ਹਿਨਾ ਨੂੰ ਹਿੰਮਤ ਦਿਓ ਕਿ ਹਿਨਾ ਆਪੀ ਹਾਰਨਾ ਨਹੀਂ ਹੈ, ਹਾਲਾਤ ਦਾ ਮੁਕਾਬਲਾ ਕਰਨਾ, ਅਸੀਂ ਸਭ ਤੇਰੇ ਨਾਲ ਹਾਂ। ਮਗਰ ਤੁਸੀਂ ਤਾਂ ਮੈਂ ਕਹਿੰਦੀ ਹਾਂ ਉਹ ਚਾਵਾਂ ਬਣੀਆਂ ਕਿ ਮੇਰਾ ਦਿਲ ਕਰਦਾ ਕਿ ਮੈਂ ਇਹ ਲਫ਼ਜ਼ ਕਵਾਂ ਕਿ ਜਿਸ ਤਰ੍ਹਾਂ ਕੋਕ, KFC, ਮੈਕਡੋਨਲਡ, ਪੈਪਸੀ ਹੈ, ਇਹ ਹਾਰਡੀਜ, ਸਬਵੇ, ਇਹਨਾਂ ਦਾ ਲੋਕਾਂ ਨੇ ਬਾਈਕਆਊਟ ਕੀਤਾ ਅਤੇ ਰਿਐਕਸ਼ਨ ਕਰਨ ਵਾਲੀਆਂ ਔਰਤਾਂ ਦਾ ਵੀ ਬਾਈਕਆਊਟ ਕੀਤਾ ਜਾਏ, ਇਹਨਾਂ ਨੂੰ ਮਤ ਦੇਖਿਆ ਜਾਏ, ਕਿਉਂਕਿ ਇਹ ਸਿਰਫ ਅਰਨਿੰਗ ਵਾਸਤੇ ਆਈਆਂ ਨੇ ਯੂਟਿਊਬ 'ਤੇ, ਇਹ ਵਿਊਜ਼ ਹਾਸਲ ਕਰਨ ਵਾਸਤੇ ਆਈਆਂ ਨੇ, ਸਬਸਕ੍ਰਾਈਬਰ ਵਾਸਤੇ ਆਈਆਂ ਨੇ। ਤੁਸੀਂ ਲੋਕਾਂ ਦੀ ਔਲਾਦ ਵਾਸਤੇ ਜਾਂ ਯੂਥ ਵਾਸਤੇ ਤੁਸੀਂ ਰੋਲ ਮਾਡਲਸ ਹੋ? ਬਿਲਕੁਲ ਵੀ ਨਹੀਂ। ਰੋਲ ਮਾਡਲ ਇਹ ਨਹੀਂ ਹੁੰਦੀ ਜਿਹੜੀ ਚੱਲ ਚੱਲ ਬੋਲਦੀ ਫਿਰੇ, ਲੋਕਾਂ ਦੀ ਇੱਜ਼ਤਾਂ ਦੀਆਂ ਧੱਜੀਆਂ ਉਡਾ ਦੇ। ਇਹ ਵੇ ਮੈਨੂੰ ਸ਼ਰਮ ਆ ਗਈ ਔਰਤ ਹੋਣ 'ਤੇ, ਮਗਰ ਸ਼ਾਇਦ ਕਿ ਤੈਨੂੰ ਸ਼ਰਮ ਨਾ ਆਏਗੀ ਔਰ ਨਾ ਹੀ ਤੂੰ ਸ਼ਰਮ ਕਰੇਗੀ। ਤੂੰ ਜਿਹਨੇ ਵੀ ਉਹਨਾਂ ਦੇ ਉੱਤੇ ਝੂਠ ਬੋਲ ਰਹੀ ਹੈ, ਦੁਨੀਆਂ 'ਤੇ ਸਾਰੇ ਸੁਣ ਰਹੀ ਹੈ, ਦੁਨੀਆਂ ਸਭ ਜਾਣਦੀ ਹੈ। ਤੂੰ ਕਹਿੰਦੀ ਹੈ ਨਾ ਮੁੱਛੇ ਲੋਕ ਤਰਜੀਹ ਕਰ ਰਹੇ ਹੈ, ਕੀ ਕੋ ਬਹੁਤ ਕੀ ਹੋ ਗਈ ਹੈ, ਹੈ ਕਿ ਪੂਰੀ ਵਿੱਚ ਹੀ ਜਿਹੜੀ ਲੋਕ ਤਰਜੀਹ ਕਰ ਰਹੇ ਨੇ, ਕਿਸ ਚੀਜ਼ ਦੀ ਤਰਜੀਹ? ਤੂੰ 1.5 ਸਾਲ ਇੱਕ ਔਰਤ ਨੂੰ ਕਾਇਮ ਕੀਤਾ, 1.5 ਸਾਲ ਕਦੀ ਤੂੰ ਘਗਰੇ ਚੋਲੀ ਲੈਂਦੀ ਹੈ, ਕਦੀ ਤੂੰ ਕਿਸੇ ਦਾ ਕਹਿੰਦੀ ਹੈ ਕਿ ਉਹ ਜਿਹੜੀ ਹੈ ਉਹਨੂੰ ਸ਼ਰੀਫ ਔਰਤਾਂ ਜਿਹੜੀਆਂ ਨੇ ਉਹ ਗਲਤ ਨਜ਼ਰ ਆਉਂਦੀਆਂ ਨੇ। ਹਾਂ ਅੱਜ ਮੈਂ ਕਹਿੰਦੀ ਹਾਂ ਕਿ ਵਾਕਈ ਤੁਹਾਡੇ ਵਰਗੀਆਂ ਸ਼ਰੀਫ ਔਰਤਾਂ ਗਲਤ ਹੁੰਦੀਆਂ। ਲੈ ਕਰਾ ਦੇ ਤੂੰ ਮੇਰਾ ਚੈਨਲ ਬੰਦ, ਮੇਰਾ ਤਾਂ ਯਕੀਨ ਕੰਮ ਹੀ ਹੈ, ਮੇਰਾ ਰਿਸ਼ਤੇ ਮੇਰੇ ਅੱਲਾਹ ਦੇ ਕੋਲ ਹੈ, ਇਨਸਾਨ ਦੇ ਆਸਿਰ 'ਤੇ ਨਹੀਂ ਹੈ, ਇਨਸਾਨ ਦੇ ਪਿਆਰ ਰਿਸ਼ਤੇ ਨਹੀਂ ਹੈ। ਮਗਰ ਕਿਸੇ ਨੂੰ ਇਸ ਤਰ੍ਹਾਂ ਤੰਗ ਕਰਨਾ, ਕਿਸੇ ਨੂੰ ਇੰਨੀ ਪਰੇਸ਼ਾਨ ਕਰਨਾ, ਇਹ ਅੱਛੀ ਗੱਲ ਹੈ? ਔਰ ਪਰਵਸ਼ਾ ਨੇ ਨਵਾਂ ਨਵਾਂ ਬੱਚੀ ਦਾ ਵਿਆਹ ਕੀਤਾ ਹੈ, ਉਸ ਬੱਚੀ ਦੇ ਇਨਲੋਗ 'ਤੇ ਕੀ ਅਸਰ ਪਿਆ ਰਿਹਾ? ਉਹ ਅਗਰ ਗੱਲ ਨਹੀਂ ਕਰਨਗੇ ਨਾ ਉਹਨਾਂ ਦੇ ਰਿਸ਼ਤੇਦਾਰ, ਕਿਉਂਕਿ ਹਮ ਫੈਮਿਲੀ 'ਚ ਇਹੋ ਜਿਹੇ ਲੋਕ ਹੁੰਦੇ ਨੇ, ਉਹਨਾਂ 'ਚ ਉੱਥੇ ਫੋਨ ਖੜਕਾਵਾਂਗੇ। ਕਦੀ ਤੁਸੀਂ ਉਹਦੇ ਸਾਰਿਆਂ 'ਤੇ ਉਹਦੀ ਦਰਾਣੀ 'ਤੇ ਗੱਲਾਂ ਕਰਦੇ ਹੋ, ਨਾ ਤੁਸੀਂ ਉਹਦੀ ਦਰਾਣੀ ਬਣਨਾ ਸੀ, ਤੁਹਾਨੂੰ ਇਹਦਾ ਸਾੜ ਪਿਆ। ਮੈਂ ਉਹਦੀ ਸੱਚੀ ਪੁੱਤੀ ਦੀ ਧੀ ਹਾਂ, ਮੈਂ ਕਈ ਵਾਰੀ ਉਹਨੂੰ ਕਿਹਾ ਸੀ ਕਿ ਉਹਨੇ ਜਿੱਥੇ ਸਾਨੂੰ ਭੈਣਾਂ ਨੂੰ
ਮੁਨਾਸਬ ਲੱਗਾ ਉਹਨੇ ਸ਼ੌਕ ਤੋਂ ਦਿੱਤਾ, ਜਿੱਥੇ ਨਹੀਂ ਮੁਨਾਸਬ ਲੱਗਾ ਨਾ ਉਹਨੇ ਕਿਹਾ ਨਹੀਂ ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ, ਆਪਣੀ ਆਪਣੀ ਮਿਹਨਤ ਕਰੋ। ਅਤੇ ਗੱਲ ਇਹ ਹੁੰਦੀ ਹੈ ਰਿਐਲਿਟੀ ਦੀ, ਔਰ ਅਗਰ ਤੂੰ ਮੈਨੂੰ ਸਿਖਾਏ ਤਾਂ ਸਮਝਾਏ ਨਾ, ਮੈਂ ਇੱਕ ਪੋਲੀਟੀਕਲੀ ਫੈਮਲੀ ਨਾਲ ਤਲਕ ਰੱਖਦੀ ਹਾਂ, ਇਹ ਪਰੇ ਪੰਚਾਇਤਾਂ ਨੇ ਬੜੀਆਂ ਭੁਗਤਾਈਆਂ ਨੇ, ਮੈਨੂੰ ਬੇਟੀਆਂ ਦੀ ਇੱਜ਼ਤ ਦਾ ਬੜਾ ਪਤਾ ਹੈ, ਛੱਜ ਚ ਪਾ ਕੇ ਛੱਡਿਆ ਨਹੀਂ ਕਿਸੇ ਦੀ ਧੀ ਭੈਣ ਨੂੰ, ਕਿਉਂਕਿ ਮੈਂ ਵੀ ਕਿਸੇ ਦੀ ਬੇਟੀ ਹਾਂ, ਮੈਂ ਖੁਦ ਚਾਰ ਬੇਟੀਆਂ ਦੀ ਮਾਂ ਵਾਂ। ਅੱਜ ਮੈਂ ਕਿਸੇ ਦੀ ਬੱਚੀ 'ਤੇ ਤਨਕੀਦ ਕਰਾਂਗੀ ਅਤੇ ਕੱਲ੍ਹ ਨੂੰ ਮੇਰੀ ਧੀ ਆ ਤਾਂ 36 ਕਰੋੜ ਲੋਕ ਕਰਨ ਵਾਲੇ, ਲਿਹਾਜ਼ਾ ਕੁਛ ਸ਼ਰਮ ਕਰੋ, ਕੁਛ ਅਹਿਸਾਸ ਕਰੋ ਕਿ ਤੁਸੀਂ ਕਰਦੀਆਂ ਕੀ ਫਿਰਦੀਆਂ। ਫਿਰ ਕੱਲ੍ਹ ਇੱਕ ਸੀ ਉਹ ਸ਼ਾਇਦ ਕਿ ਸੈਯਦਾ ਆਇਸ਼ਾ ਦੇ ਨਾਮ 'ਤੇ, ਸੈਯਦ ਜੀ ਸਾਡੇ ਸਿਰ ਮੱਥੇ 'ਤੇ ਠੀਕ ਹੈ, ਮਗਰ ਇਹ ਜੋ ਮੈਂ ਕੱਲ੍ਹ ਕਿਹਾ ਸੀ ਨਾ, ਇਹ ਮੈਂ ਆਪਣੀ ਇਸਲਾਮੀਆਤ ਜਾਂ ਉਰਦੂ ਦੀ ਕਿਤਾਬ ਵਿੱਚ ਪੜ੍ਹਿਆ ਸੀ, ਉਹਦੇ 'ਚ ਇਹ ਬਿਆਨ ਸੀ ਕਿ ਆਪਣੇ ਤਾਂ ਮੁਸਲਮ 'ਤੇ ਇੰਨੀਆਂ ਮੁਸ਼ਕਲਾਂ ਆਉਂਦੀਆਂ ਸਨ, ਆਪ ਨੂੰ ਹਰ ਤਰੀਕੇ ਨਾਲ ਤੰਗ ਕੀਤਾ ਜਾਂਦਾ ਸੀ, ਮਗਰ ਆਪ ਦਰਗੁਜ਼ਰ ਫਰਮਾਉਂਦੇ ਸਨ। ਅਸੀਂ ਨਬੀ ਪਾਕ ਦੇ ਉਮਤੀ ਹਾਂ ਨਾ, ਅਤੇ ਫਿਰ ਅਸੀਂ ਸੋਚੀਏ ਕਿ ਅਸੀਂ ਕਰ ਕੀ ਰਹੇ ਹਾਂ, ਤੁਸੀਂ ਉਹੀ ਹਰਕਤ ਕਰ ਰਹੇ ਹੋ ਜੋ ਫਲਸਤੀਨ ਦੇ ਵਿੱਚ ਹੋ ਰਿਹਾ, ਜਿੱਥੇ ਪੈਪਸੀ ਕੋਕ KFC ਮੈਕਡੋਨਲਡ ਹਰ ਚੀਜ਼ ਦਾ ਬਾਈਕਆਊਟ ਹੈ ਨਾ, ਮੈਂ ਕਹਿ ਰਹੀ ਹਾਂ ਉੱਥੇ ਰਿਐਕਸ਼ਨ ਵਾਲੀ ਔਰਤਾਂ ਦਾ ਬਾਈਕਆਊਟ ਨਹੀਂ ਕਰੋ, ਤੁਸੀਂ ਇੰਨੀਆਂ ਡੇਂਜਰਸ ਹੈਗੀਆਂ ਹੋ ਅਤੇ ਤੁਹਾਡੀ ਵਜ੍ਹਾ ਨਾਲ ਤਾਂ ਕਿਸੇ ਦਾ ਘਰ ਤਬਾਹ ਹੋ ਸਕਦਾ। ਦੇਖੋ ਨਾ ਉਹ ਸਹੀ ਕਹਿੰਦੇ ਨੇ ਸਿਆਣੇ ਕਿ ਇਹੋ ਜਿਹੀਆਂ ਵੀ ਹੁੰਦੀਆਂ ਨੇ ਰੰਨਾ ਕੇ ਜਿਹੜੀਆਂ ਬੰਦੇ ਮਰਵਾ ਦਿੰਦੀਆਂ ਨੇ, ਇਹ ਉਹ ਵਾਲੀ ਹਰਕਤ ਹੋ ਰਹੀ ਹੈ। ਅੱਜ ਜੇ ਅਸੀਂ ਆ ਕੇ ਤੁਹਾਨੂੰ ਚੁੱਪ ਕਰਾ ਰਹੇ ਹਾਂ ਨਾ, ਤੁਸੀਂ ਨਹੀਂ ਚੁੱਪ ਹੋਵੋਗੇ ਕੱਲ੍ਹ ਨੂੰ ਸਾਡੇ ਮਰਦ ਆਉਣਗੇ, ਫਿਰ ਤੁਸੀਂ ਕੀ ਕਹੋਗੀਆਂ ਕਿ ਅਸੀਂ ਮਜ਼ਲੂਮ ਹੈਗੀਆਂ ਵਾਂ, ਕਿਸੇ ਦੀ ਇੱਜ਼ਤ 'ਤੇ ਗੱਲ ਕਰੋਗੇ ਤਾਂ ਕੋਈ ਵੀ ਨਹੀਂ ਬਰਦਾਸ਼ਤ ਕਰੇਗਾ। ਔਰ ਹਾਂ ਬੇਟੀ, ਤੂੰ ਕਹਿੰਦੀ ਹੈ ਕਿ ਮੈਂ ਪਠਾਨ ਫੈਮਲੀ ਤੋਂ ਹਾਂ, ਔਰ ਮੈਂ ਬਿਲਕੁਲ ਯਕੀਨ ਨਾਲ ਕਹਿੰਦੀ ਹਾਂ ਕਿ ਤੂੰ ਪਠਾਣਾ ਦੀ ਧੀ ਨਹੀਂ, ਸਾਡੇ ਦੇ ਰਿਸ਼ਤੇਦਾਰੀਆਂ ਨੇ ਪਠਾਣਾ ਦੇ ਨਾਲ, ਅਤੇ ਸਾਨੂੰ ਪਤਾ ਹੈ ਕਿ ਪਠਾਨ ਕੀ ਹੈ, ਲਿਹਾਜ਼ਾ ਆਪਣੀ ਜ਼ਬਾਨ 'ਤੇ ਕੰਟਰੋਲ ਕਰ, ਜੀ ਔਰ ਜੀਣ ਦੇ। ਲਓ ਜੀ, ਮੈਂ ਆਪਣਾ ਕਹਿਵਾ ਲੈ ਕੇ, ਇਹ ਮੇਰਾ ਕਹਿਵਾ ਪਿਆ, ਇਹ ਮੈਂ ਕਹਿਵਾ ਲੈ ਕੇ ਆਪਣਾ ਅੰਦਰ ਕਮਰੇ ਵਿੱਚ ਆ ਗਈ ਹਾਂ। ਮੈਂ ਕਿਹਾ ਬਈ ਰਸਮ ਤੋਂ ਬਾਅਦ ਜਿਹੜਾ ਨਾ ਕਾਹਵਾ ਪੀਣਾ ਜਿਹੜਾ ਵੇ ਉਹ ਤਾਂ ਬਣਦਾ ਹੀ ਹੈ, ਅਤੇ ਮੈਂ ਚੱਲਾਂ ਅਤੇ ਆਪਣੇ ਭੈਣ ਭਰਾਵਾਂ ਨਾਲ ਚੱਲ ਕੇ ਅਤੇ ਮੈਂ ਜ਼ਰਾ ਥੋੜ੍ਹਾ ਮਜ਼ੀਦ ਖਿਤਾਬ ਕਰਾਂ, ਸ਼ਾਇਦ ਕਿ ਹੋ ਸਕਦਾ ਕਿਸੇ ਨੂੰ ਮੇਰੀ ਗੱਲ ਦੀ ਸਮਝ ਆ ਜਾਵੇ। ਅਤੇ ਗੱਲ ਮੈਂ ਉਹ ਕਰ ਰਹੀ ਸਾਂ ਕਿ ਲਿਖਿਆ ਹੋਇਆ ਸੀ ਟਾਈਟਲ ਕਿ ਦੇਸੀ ਗਰਲ ਕਾ ਪਲਵਸ਼ਾ ਜੀ ਕਾ ਘਾਗਰਾ ਚੋਲੀ, ਠੀਕ ਹੈ। ਅਗਰ ਇੱਜ਼ਤ ਵਾਲਾ ਬੰਦਾ ਕੁਛ ਸੁਣੇਗਾ ਨਾ ਤਾਂ ਯਕੀਨ ਕਰੋ ਉਹ ਡੁੱਬ ਕੇ ਮਰ ਜਾਏਗਾ। ਔਰ ਮੈਂ ਇਹ ਉਸ ਨਕਾਬਪੋਸ਼ ਬੀਬੀ ਨੂੰ ਇਹ ਕਹਿ ਰਹੀ ਹਾਂ ਕਿ ਬੇਟਾ ਉਹਨਾਂ ਕਦਮ ਚੁੱਕ ਕਿ ਕੱਲ੍ਹ ਨੂੰ ਤੈਨੂੰ ਪਛਤਾਵਾ ਨਾ ਹੋਏ। ਅੱਜ ਤੂੰ ਪਲਵਸ਼ਾ ਨੂੰ ਤੰਗ ਕਰ ਰਹੀ ਹੈ, ਉਹਦੀ ਬੇਟੀ ਦੀ ਸ਼ਾਦੀ ਹੋਈ ਹੈ, ਖੁਦਾ ਦਾ ਖੌਫ ਕਰੋ, ਤੁਸੀਂ ਲੋਕਾਂ ਨੇ ਉਹਨਾਂ ਦਾ ਜੀਣਾ ਹਰਾਮ ਕਰਤਾ, ਉਹਨੇ ਤਾਂ ਆਪਣੀਆਂ ਖੁਸ਼ੀਆਂ ਸ਼ੇਅਰ ਕੀਤੀਆਂ ਤੁਹਾਡੇ ਨਾਲ। ਅਗਰ ਉਹ ਝੂਠ ਬੋਲਦੀ, ਬਨਾਵਟੀ ਕੰਮ ਕਰਦੀ ਤਾਂ ਕਿਆ ਫਿਰ ਠੀਕ ਸੀ? ਅੱਜ ਅਗਰ ਤੂੰ ਫੇਮਸ ਹੋਣੀ ਹੈ, ਅੱਲਾ ਤੈਨੂੰ ਇੱਜ਼ਤ ਦੇਵੇ,
ਤੂੰ ਇਸ ਗੰਦ 'ਚ ਨਿਕਲੇਗੀ ਤਾਂ ਆਲਰੇਡੀ ਅੱਲਾਹ ਤੈਨੂੰ ਇੱਜ਼ਤ ਦੇਵੇਗਾ। ਅਤੇ ਤੇਰੇ ਨਾਲ ਮੁਖਤਲਿਫ ਬ੍ਰੈਂਡਸ ਜਿਹੜੇ ਨੇ ਉਹ ਰਾਬਤਾ ਕਰਨ ਕਿ ਸਾਡੀ ਤੁਸੀਂ ਪਬਲਿਸਿਟੀ ਕਰੋ, ਅਤੇ ਕਿਆ ਤੂੰ ਇਨਕਾਰ ਕਰੇਗੀ? ਕਦੀ ਵੀ ਨਹੀਂ ਕਰੇਗੀ। ਮਾਰੀਆ ਵੀ ਕੱਪੜੇ ਦੇਵੇ ਤੁਹਾਨੂੰ, ਤੁਸੀਂ ਲੈਣ ਤੋਂ ਇਨਕਾਰ ਕਰੋਗੇ? ਕਦੀ ਵੀ ਨਹੀਂ ਕਰੋਗੇ। ਮੇਰੀ ਬਾਂਹ ਥੱਕ ਗਈ ਅਤੇ ਮੈਂ ਕੈਮਰਾ ਫਿਰ ਇੰਜ ਕਰ ਲਿਆ ਵੇ। ਹਾਂ, ਅਤੇ ਮੈਂ ਗੱਲ ਇਹ ਕਰ ਰਹੀ ਸਾਂ ਕਿ ਹਰ ਇਨਸਾਨ ਦੀ ਆਪਣੀ ਜ਼ਿੰਦਗੀ ਹੈ, ਉਹਦੀ ਆਪਣੀ ਕਾਬਲੀਅਤ ਹੈ। ਔਰ ਹੁਣ ਕੱਲ੍ਹ ਦੀ ਗੱਲ ਹੈ, ਕੱਲ੍ਹ ਮੈਨੂੰ ਮੈਜ਼ੋਨੇਟ ਵਾਲਿਆਂ ਨੇ, ਹੋਟਲ ਮੈਜ਼ੋਨੇਟ ਜੋ ਕਿ ਸਾਡੀ MNA ਸਾਹਿਬਾ ਦਾ ਵੇ, ਉਹਨਾਂ ਨੇ ਮੈਨੂੰ ਮਦਰਸ ਡੇ 'ਤੇ ਵਿਸ਼ ਕੀਤਾ, ਕਿਉਂਕਿ ਸਾਰੇ ਮੇਰੇ ਆਪਣੇ ਲੋਕ ਨੇ, ਮੈਨੂੰ ਜਾਣਦੇ ਨੇ, ਮੈਨੂੰ ਬੜੀ ਖੁਸ਼ੀ ਹੋਈ। ਔਰ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਆਓ ਨਾਰਾਨਗਾਹ ਉੱਥੇ ਆ ਕੇ ਵਲੋਗਿੰਗ ਵੀ ਕਰੋ, ਮਰੀ ਵਾਲੇ ਮੈਜ਼ੋਨੇਟ 'ਚ ਕਰੋ, ਲਾਹੌਰ ਵਾਲੇ 'ਚ ਕਰੋ, ਤੁਹਾਡਾ ਤਾਂ ਆਪਣਾ ਘਰ ਵੇ। ਠੀਕ ਹੈ, ਅਗਰ ਮੈਂ ਆਪਣੇ ਘਰ ਜਾ ਕੇ ਉੱਥੇ ਦੀ ਵਲੋਗਿੰਗ ਕਰਾਂ ਅਤੇ ਤੁਸੀਂ ਲੋਕ ਕੀ ਕਹੋਗੇ ਕਿ ਫਰਾ ਜਿਹੜੀ ਕੈਸ਼ ਕਰ ਰਹੀ ਹੈ? ਫਰਾ ਤਾਂ ਪਹਿਲਾਂ ਵੀ ਕਦੀ ਮੈਜ਼ੋਨੇਟ ਜਾਂਦੀ ਹੈ ਅਤੇ ਉਹ ਹੋਟਲ ਨਹੀਂ ਹੈ, ਉਹ ਮੇਰਾ ਆਪਣਾ ਘਰ ਵੇ। ਉਹਨਾਂ ਦੀ ਬਿਹਤਰੀਨ ਸਰਵਿਸ, ਔਰ ਕਦੀ ਉਹਨਾਂ ਨੇ ਮੇਰੇ ਕੋਲ ਮਤਲਬ ਚਾਰਜ ਨਹੀਂ ਕੀਤਾ। ਮੈਂ ਉਹਨਾਂ ਦੀ ਐਡਵਰਟਾਈਜ਼ ਨਹੀਂ ਕਰ ਰਹੀ, ਇੱਕ ਗੱਲ ਕਰ ਰਹੀ ਹਾਂ ਤੁਹਾਨੂੰ। ਜਾਂ ਮੈਂ ਫਰੈਟੀਜ਼ ਹੋਟਲ ਵਿੱਚ ਲਾਹੌਰ ਗਈ ਸਾਂ, ਉੱਥੇ ਉਹ ਮੇਰੇ ਮਿਲਣ ਵਾਲੇ ਸਨ, ਉਹਨਾਂ ਨੇ ਮੇਰੇ ਕੋਲ ਚਾਰਜ ਨਹੀਂ ਕੀਤਾ। ਮੈਂ ਕੋ ਪਲਵਸ਼ਾ ਜਿੰਨੀ ਉਹ ਕਾਮਯਾਬ ਯੂਟਿਊਬਰ ਤਾਂ ਨਹੀਂ ਹਾਂ। ਆਖਿਰਕਾਰ ਤੁਸੀਂ ਪਲਵਸ਼ਾ ਦੀ ਕਿਹੜੀ ਗੱਲ 'ਚ ਬੇਹਿਆਈ ਦੇਖੀ ਹੈ, ਜਾਂ ਹਿਨਾ ਦੀ ਕਿਹੜੀ ਗੱਲ 'ਚ ਬੇਹਿਆਈ ਦੇਖੀ ਹੈ ਜਿਹੜਾ ਤੁਸੀਂ ਇੰਨਾ ਟੱਪ ਟੱਪ ਕੇ ਬੋਲਦੀਆਂ ਹੋ, ਬੇਫਜ਼ੂਲ ਬੋਲਦੀਆਂ ਹੋ, ਹੈਂ? ਔਰ ਫਿਰ ਤੂੰ ਰਾਤੀ ਜਿਹੜੀ ਹੈ ਨਾਲ ਉਹਦੇ 'ਤੇ ਤੰਜ਼ ਕਰ ਰਹੀ ਸੈਂ, ਨਾਲ ਹੱਸ ਰਹੀ ਸੈਂ। ਮੈਂ ਇੱਕ ਗੱਲ ਤੈਨੂੰ ਕਰ ਦੇਵਾਂ, ਸਿਰ ਦੇ ਸਾਈਂ 'ਤੇ ਅੱਲਾ ਤੇਰੇ ਸਿਰ ਦਾ ਸਾਈਂ ਸਲਾਮਤ ਰੱਖੇ, ਔਰ ਤੂੰ ਉਹਦੇ ਸਿਰ 'ਤੇ ਐਸ਼ ਕਰ ਰਹੀ ਹੈ ਔਰ ਤਿਲ ਰਹੀ ਹੈ। ਔਰ ਅਗਰ ਤੂੰ ਕਦੀ ਇਹ ਸੋਚਿਆ ਕਿ ਅਗਰ ਕਦੀ ਹਿਨਾ ਦਾ ਮੀਆਂ ਤੇਰੀ ਵੀਡੀਓ ਦੇਖੇ, ਜਾਂ ਸ਼ਾਇਦ ਉਹਨੇ ਦੇਖੀ ਹੋਏਗੀ, ਉਹ ਦਿਲ 'ਚ ਕਿੰਨਾ ਅਪਸੈਟ ਹੁੰਦਾ ਹੋਏਗਾ, ਉਹ ਕਿੰਨੀ ਖੁਦ ਨੂੰ ਮਲਾਮਤ ਕਰਦਾ ਹੋਏਗਾ ਕਿ ਅਗਰ ਮੈਂ ਇਸ ਕਾਬਲ ਹੁੰਦਾ, ਮੈਂ ਅੱਜ ਠੀਕ ਹੁੰਦਾ, ਤਾਂ ਮੈਂ ਬੀਬੀ ਦਾ ਯੂਟਿਊਬ ਚੈਨਲ ਬੰਦ ਕਰਕੇ ਉਹ ਮਾਰਦਾ, ਖੁਦ ਕਮਾਉਂਦਾ ਔਰ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਚੁੱਕਦਾ। ਤੂੰ ਸੋਚ, ਇੱਕ ਔਰਤ ਨੇ ਆਪਣੇ ਸਿਰ 'ਤੇ ਜ਼ਿੰਮੇਵਾਰੀਆਂ ਦਾ ਬੋਝ ਰੱਖਿਆ ਹੈ, ਨਾ ਕਿ ਅਸੀਂ ਤੁਸੀਂ ਉਹਨੂੰ ਐਪਰੀਸ਼ੀਏਟ ਕਰੀਏ, ਉਹਨੂੰ ਕਹੀਏ ਕਿ ਨਹੀਂ ਹਿੰਮਤ ਨਾ ਹਾਰ, ਅਸੀਂ ਸਭ ਤੁਹਾਡੇ ਨਾਲ ਆ, ਤੂੰ ਜਿੰਨਾ ਉਹਦੇ 'ਤੇ ਗੱਲਾਂ ਕਰਨੀ ਹੈ ਨਾ, ਲੈ ਫਿਰ ਉਹ ਭੈਣ ਵੇ, ਠੀਕ ਹੈ, ਉਹਨੂੰ ਕਹਿ ਦੇ ਹੀ ਨਾ ਆਪੀ ਆਪ ਚੈਨਲ 'ਤੇ ਕੰਮ ਕਰਨਾ ਛੋੜ ਦੇ, ਆਪੀ ਮੈਂ ਨਹੀਂ ਬਰਦਾਸ਼ਤ ਕਰ ਸਕਦੀ, ਅਸੀਂ ਮਿਲ ਕੇ ਤੁਹਾਡੇ ਵਾਸਤੇ ਕੁਛ ਕਰਾਂਗੇ। ਇੰਜ ਵੀ ਕੋਈ ਨਹੀਂ ਕਰਦਾ। ਫਿਰ ਤੂੰ ਕਹਿੰਦੀ ਹੈ ਕਿ ਵੀ ਹਿਨਾ ਜਿਹੜੀ ਹੈ ਇੱਕ ਆਪਣੇ ਸਬਸਕ੍ਰਾਈਬਰ ਨੂੰ ਪੈਸੇ ਦੇ ਕੇ ਕਮੈਂਟਸ ਕਰਵਾਉਂਦੀ ਹੈ, ਤੂੰ ਖੁਦਾ ਦਾ ਖੌਫ ਕਰ, 1,32,000 ਉਹਦਾ ਸਬਸਕ੍ਰਾਈਬਰ ਹੈ, ਅਗਰ ਉਹ 1 ਪੌਂਡ ਵੀ ਦੇਵੇ ਤਾਂ 1,32,000 ਪੌਂਡ ਬਣਦਾ, ਉਹ ਆਪਣਾ ਘਰ ਨਾ ਲੈ ਲਵੇ, ਕਿਰਾਏ ਦਾ ਘਰ, ਬੱਚਿਆਂ ਦੇ ਤਾਲੀਮੀ ਅਖਰਾਜਾਤ, ਚਲੋ ਛੋਟੇ ਬੱਚਿਆਂ ਦੇ ਨਹੀਂ ਨੇ, ਜੋ ਕੋਲਜ ਜਿਹੜੇ ਨੇ ਗੋਇੰਗ ਨੇ, ਯੂਨੀਵਰਸਿਟੀ ਗੋਇੰਗ ਨੇ, ਘਰ ਦੇ ਅਖਰਾਜਾਤ ਨੇ, ਖਾਣਾ ਪੀਣਾ ਵੇ, ਘਰ ਦਾ ਕਿਰਾਇਆ ਵੇ, ਇਲੈਕਟ੍ਰੀਸਿਟੀ ਬਿੱਲ ਵੇ, ਤਮਾਮ ਮਾਮਲਾਤ ਨੇ, ਹੈਂ? ਅਤੇ ਤੁਸੀਂ ਕਹਿੰਦੇ ਹੋ ਕਿ ਬਈ ਤੂੰ ਕਿਉਂ ਕਮਾ ਰਹੀ ਹੈ, ਫਿਰ ਉਹ ਕਮਾਏ ਨਾ ਤਾਂ ਕੀ ਕਰੇ? ਫਿਰ ਹਕੀਕਤ ਹੈ ਨਾ ਕਿ ਮੁਆਸ਼ਰੇ 'ਚ ਜਦੋਂ ਔਰਤ ਨੂੰ ਇੱਜ਼ਤ ਮੁਕਾਮ ਨਹੀਂ ਮਿਲਦਾ, ਵਿਚਾਰੀ ਤੰਗ ਆ ਕੇ ਬੁਰਾਈ ਕਰਨ 'ਤੇ ਮਜਬੂਰ ਹੋ ਜਾਂਦੀ। ਅੱਲਾ ਨਾ ਕਰੇ, ਨਾ ਕਰੇ, ਨਾ ਅਸੀਂ ਉਹ ਖੂਨ ਆ, ਨਾ ਸਾਡੀ ਉਹ ਸੋਚ ਹੈ। ਮਗਰ ਮੁਆਸ਼ਰੇ 'ਚ ਹੁੰਦਾ ਕੀ ਹੈ, ਉਹ ਇਹੋ ਹੀ ਕਹਿੰਦੀਆਂ ਨੇ ਕਿ ਸਾਨੂੰ ਕੰਮ ਕੋਈ ਨਹੀਂ ਦਿੰਦਾ, ਲੋਕ ਗੱਲਾਂ ਕਰਦੇ ਨੇ, ਅਤੇ ਫਿਰ ਅਸੀਂ ਕੀ ਕਰੀਏ? ਫਿਰ ਅਸੀਂ ਇਹੀ ਕੋਸ਼ਿਸ਼ ਕਰਨੇ ਹਾਂ ਕਿ ਆਪਣੇ ਬੱਚੇ ਤਾਂ ਪਾਲਣੇ ਨੇ, ਆਪਣਾ ਘਰ 'ਤੇ ਚਲਾਉਣਾ ਵੇ। ਅਗਰ ਤੂੰ
ਪੜ੍ਹੀ ਲਿਖੀ ਤੂੰ ਬੇਟੀ ਭੈਣ ਹੈ ਐਵੇਂ, ਅਤੇ ਮੇਰੀ ਇਸ ਗੱਲ 'ਚ ਤੇਰੇ ਵਾਸਤੇ ਬਹੁਤ ਬੜਾ ਮੈਸੇਜ ਹੈ। ਇਹ ਨਾ ਹੋਏ ਕਿ ਕੱਲ੍ਹ ਨੂੰ ਤੂੰ ਵੀ ਹਾਲਾਤ ਦੇ ਹੱਥਾਂ ਦੇ ਵਿੱਚ ਮਾਰੀ ਜਾਵੇ। ਕਦੀ ਅੱਲਾ ਨਾ ਕਰੇ, ਅੱਲਾ ਕਦੀ ਨਾ ਕਰੇ ਮੇਰੇ ਮੂੰਹ ਸਵਾ ਪਵੇ ਕਿ ਤੇਰੇ ਉੱਤੇ ਇਹੋ ਜਿਹਾ ਵਕਤ ਆਵੇ ਕਿ ਤੂੰ ਕਵੇਂ ਕਿ ਉਹ ਹੋ ਮੈਂ ਹਿਨਾ ਪੀਨਾ ਦੇ ਕੁਛ ਕੀਤਾ ਸੀ ਅੱਜ ਮੇਰੇ ਅੱਗੇ ਆ ਗਿਆ। ਹਿਨਾ ਪੀ ਦਾ ਦੁੱਖ ਵੀ ਜਾਣਦੀਆਂ ਉਹ ਇੰਨਾ ਕੰਮ ਕਰਦੀ ਏ, ਫਿਰ ਉਹ ਵੀਡੀਓ ਬਣਾਉਂਦੀ ਏ, ਉਹਨੂੰ ਐਡਿਟ ਕਰਦੀ ਏ, ਉਹਨੂੰ ਲਗਾਉਂਦੀ ਏ, ਕਿਉਂਕਿ ਉਹਨੂੰ ਪਤਾ ਹੈ ਕਿ ਮਹੀਨਾ ਮੁੱਕਣ ਵਾਲਾ ਹੈ, ਮੇਰੇ ਘਰ ਦੇ ਅਖਰਾਜਾਤ ਨੇ, ਮੇਰੇ ਬੱਚੇ ਨੇ, ਮੇਰਾ ਘਰ ਵੇ, ਠੀਕ ਹੈ, ਉਹਦੀ ਹੈਲਪ ਕੋਈ ਕਰ ਰਿਹਾ ਕੋਈ ਨਹੀਂ ਕਰ ਰਿਹਾ। ਮਗਰ ਜਿਹੜੀ ਆਪਣੇ ਹੱਥ ਦਾ ਕੈਸ਼ ਹੁੰਦਾ ਨਾ, ਆਪਣੇ ਹੱਥ ਦਾ ਕੈਸ਼, ਉਹਦੀ ਤਾਂ ਇੱਕ ਗੱਲ ਹੀ ਹੋਰ ਵੇ। ਤੁਸੀਂ ਆਪਣੀ ਮਰਜ਼ੀ ਨਾਲ ਉਹਨੂੰ ਖਰਚ ਕਰੋ, ਜਿਵੇਂ ਮਰਜ਼ੀ ਖਰਚ ਕਰੋ, ਤੁਸੀਂ ਕਿਸੇ ਨੂੰ ਜਵਾਬ ਦੇਣੀ ਹੋ। ਅਤੇ ਜਦੋਂ ਕੋਈ ਤੁਹਾਡੀ ਹੈਲਪ ਕਰ ਰਿਹਾ ਹੁੰਦਾ ਨਾ, ਤਾਂ ਤੁਹਾਨੂੰ ਉਹ ਚੀਜ਼ ਵੀ ਮਾਇੰਡ 'ਚ ਰੱਖਣੀ ਪੈਂਦੀ ਹੈ। ਅਤੇ ਤੁਹਾਨੂੰ ਅਗਲਾ ਪੁੱਛ ਸਕਦਾ ਕਿ ਹਾਂ ਵੀ ਤੂੰ ਪੈਸਾ ਕਿੱਥੇ ਲਾਇਆ, ਤੈਨੂੰ ਹੁਣ ਤਾਂ ਦਿੱਤੇ ਸਨ। ਅੱਲਾ ਇਹੋ ਜਿਹੀ ਮੁਤਾਜ਼ਗੀ ਤੂੰ ਤੁਹਾਨੂੰ ਮੈਨੂੰ ਸਭ ਨੂੰ ਬਚਾਏ, ਅੱਲਾ ਕੁੱਲ ਆਲਮ ਦੀ ਖੈਰ ਕਰੇ, ਠੀਕ ਹੈ। ਔਰ ਇਹ ਮਤ ਸਮਝੀ ਕਿ ਉਹਨਾਂ ਦੇ ਮੂੰਹ 'ਚ ਜ਼ਬਾਨ ਨਹੀਂ ਹੈ ਜਾਂ ਉਹ ਲਿਹਾਜ਼ ਕਰ ਰਹੇ ਨੇ। ਇੱਕ ਦਿਨ ਇਨਸਾਨ ਥੱਕ ਕੇ ਬੋਲਦਾ ਔਰ ਤੂੰ ਉਹਨੂੰ ਮਜਬੂਰ ਕੀਤਾ ਥੱਕ ਕੇ ਬੋਲਣ ਤੋਂ। ਤੂੰ ਕਹਿੰਦੀ ਹੈ ਮੇਰਾ ਮੀਆਂ ਡਾਕਟਰ ਹੈ, ਸਾਨੂੰ ਕੀ ਪਤਾ ਡਾਕਟਰ ਹੈ ਕੋਈ ਟੈਕਸੀ ਡਰਾਈਵਰ ਹੈ ਕੀ ਹੈ, ਅਸੀਂ ਤਾਂ ਨਹੀਂ ਜਾਣਦੇ ਨਾ। ਤੂੰ ਇਸਲਾਮ ਦੀਆਂ ਇੰਨੀਆਂ ਗੱਲਾਂ ਕਰਨੀ ਹੈ, ਚੱਲ ਤੂੰ ਮੈਨੂੰ ਇੰਨਾ ਹੀ ਦੱਸ ਦੇ ਕਿ ਕਿਆ ਇਸਲਾਮ ਨੇ ਕਿਹਾ ਕਿ ਕਿਸੇ ਨੂੰ ਇੰਨਾ ਤੰਗ ਕੀਤਾ ਜਾਏ। ਮੈਂ ਅੱਜ ਯਾਦ ਕਰ ਰਹੀ ਸਾਂ ਕਿ ਸਾਡੇ ਇਲਾਕੇ ਦੇ ਵਿੱਚ ਅੱਜ ਤੋਂ ਬਹੁਤ ਸਾਲ ਪਹਿਲਾਂ ਇੱਕ ਲੜਕੀ ਨੇ ਖੁਦਕੁਸ਼ੀ ਕੀਤੀ, ਸਾਡੇ ਬੜੇ ਕਰੀਬੀ ਮਿਲਣ ਵਾਲੇ ਸਨ, ਬੜੀ ਚੰਗੀ, ਬਹੁਤ ਨੇਕ, ਯਕੀਨ ਮੰਨੋ ਨਾ ਅਸੀਂ ਉਹਦਾ ਗੁਨਾਹ ਸੁਣਿਆ ਨਾ ਦੇਖਿਆ, ਮਗਰ ਉਹਨੇ ਆਪਣੇ ਆਪ ਨੂੰ ਮਾਰ ਲਿਆ। ਕਿਸ ਗੱਲ ਤੋਂ ਮਾਰ ਲਿਆ ਉਹਨੇ ਆਪਣੇ ਆਪ ਨੂੰ? ਉਹਨੇ ਅੰਦਰ ਜਾ ਕੇ ਕੁੰਡੀ ਲਗਾਈ, ਆਪਣੇ ਆਪ ਨੂੰ ਸ਼ੂਟ ਕਰ ਲਿਆ। ਆਪਸ 'ਚ ਜਿਵੇਂ ਘਰਾਂ 'ਚ ਭਰਜਾਈਆਂ ਹੁੰਦੀਆਂ ਨਾ, ਤੇਰੇ ਨਾਲ ਦੀ ਕੋਈ ਭਰਜਾਈ ਉਹਨਾਂ ਦੇ ਘਰ 'ਚ ਵੀ ਹੈ, ਉਹਨੇ ਉਹਨੂੰ ਗੱਲਾਂ ਕਰਨੀਆਂ, ਉਹ ਗੱਲਾਂ ਲਾਣੀਆਂ, ਉਹ ਚੁੱਪ ਕਰਕੇ ਅੰਦਰ ਵੜੀ, ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ। ਅੱਲਾ ਨਾ ਕਰੇ ਨਾ ਕਰੇ ਤੁਹਾਡੇ ਸਭ ਦੇ ਇੰਨਾ ਟੋਰਚਰ ਕਰਨ ਨਾਲ ਕੋਈ ਗਲਤ ਕਦਮ ਚੁੱਕ ਲਵੇ ਤਾਂ ਸਾਰੀ ਜ਼ਿੰਦਗੀ ਕਿਆ ਮਲਾਮਤ ਨਹੀਂ ਤੁਹਾਡੇ ਵਾਸਤੇ? ਔਰ ਜਿਹੜੇ ਲੋਕ ਮੈਨੂੰ ਕਮੈਂਟਸ ਕਰਦੇ ਨੇ ਨਾ ਕਿ ਆਪ ਆਪਣੀ ਕਜ਼ਨੋਂ ਕੋ ਵੀ ਕਹੇ, ਉਹ ਤਾਂ ਇੱਕ ਡੇਢ ਸਾਲ ਬਾਅਦ ਬੋਲਣ ਲੱਗੀਆਂ ਨੇ। ਤੁਸੀਂ ਜਿਹਦੀ ਹਮਾਇਤ 'ਚ ਗੱਲ ਕਰ ਰਹੀਆਂ ਹੋ, ਮੈਨੂੰ ਵੀ ਤੇਰੀ ਆਈ ਡੀ 'ਤੇ ਗਾਲਾਂ ਕੱਢੀਆਂ ਗਈਆਂ ਨੇ, ਅਤੇ ਕੋਈ ਗੱਲ ਨਹੀਂ ਹੈ, ਮੈਂ ਤਾਂ ਸਬਰ ਕਰ ਗਈ ਹਾਂ, ਦਰਗੁਜ਼ਰ ਕਰ ਗਈ ਹਾਂ ਇਸ ਵਜ੍ਹਾ ਕਰਕੇ ਕਿ ਮੇਰੇ ਨਬੀ ਨੂੰ ਲੋਕਾਂ ਨੇ ਕਿਸ ਕਿਸ ਤਰ੍ਹਾਂ ਪਰੇਸ਼ਾਨ ਕੀਤਾ ਸੀ, ਆਪਨੇ ਵੀ ਦਰਗੁਜ਼ਰ ਕੀਤਾ ਸੀ। ਮੈਂ ਤਾਂ ਕਹਿ ਗਈ ਹਾਂ ਖੁੱਲ੍ਹੀ ਕਿਤਾਬ, ਹਕੀਕਤ ਪਸੰਦ ਔਰਤ, ਮੇਰੇ ਤਾਂ ਨਾ ਅੱਗੇ ਕੋਈ ਅਤੇ ਨਾ ਪਿੱਛੇ ਕੋਈ, ਮੈਨੂੰ ਫਰਕ ਨਹੀਂ ਪੈਂਦਾ ਮੇਰੇ ਕਿਹੜੇ ਕੋਈ ਧੀਆਂ ਪੁੱਤਰ ਬੈਠੇ ਨੇ ਜਿਨ੍ਹਾਂ ਨੂੰ ਲੋਕ ਮਿਹਣੇ ਮਾਰਨਗੇ। ਸ਼ਰਮ ਕਰੋ, ਔਲਾਦ ਵਾਲੀਆਂ ਹੋ, ਘਰ ਬਾਰ ਵਾਲੀਆਂ ਹੋ, ਖਾਮਦਾਂ ਵਾਲੀਆਂ ਹੋ, ਨਾ ਕਿਸੇ ਨੂੰ ਇੰਨਾ ਸਤਾਓ ਕਿ ਕੱਲ੍ਹ ਨੂੰ ਤੁਸੀਂ ਵੀ ਉਸੇ ਜਿਹੜਾ ਬਿਨਾ ਤਕਲੀਫ ਦੇ ਵਿੱਚ ਆਓ ਔਰ ਫਿਰ ਤੁਹਾਨੂੰ ਅੰਦਾਜ਼ਾ ਹੋਏ। ਔਰ ਮੈਂ ਹਕੀਕਤ ਬਿਆਨ ਕਰਾਂ, ਜਦ ਤੱਕ ਤੁਹਾਡੇ ਆਪਣੇ ਤਾਂ ਨਹੀਂ ਨਾ ਗੁਜ਼ਰਦੀ, ਤੁਹਾਨੂੰ ਕਿਸੇ ਦੀ ਤਕਲੀਫ ਦਾ ਅੰਦਾਜ਼ਾ ਬਿਲਕੁਲ ਵੀ ਨਹੀਂ ਹੁੰਦਾ। ਮੈਂ ਛੋਟੀ ਜਿਹੀ ਯਤੀਮ ਸਾਂ ਨਾ, ਮੈਂ ਆਪਣੇ ਮਾਮੂਆਂ ਨੂੰ ਦੇਖਣਾ, ਉਹਨਾਂ ਦੇ ਬੱਚਿਆਂ ਨੂੰ ਪਿਆਰ ਕਰਦਿਆਂ ਅਤੇ ਮੈਂ ਲੁਕ ਲੁਕ ਕੇ ਰੋਣਾ। ਮੈਂ ਆਪਣੇ ਚਾਚਿਆਂ ਨੂੰ ਦੇਖਣਾ, ਆਪਣੇ ਬੱਚਿਆਂ ਨੂੰ ਪਿਆਰ ਕਰਦਿਆਂ ਅਤੇ ਮੈਂ ਲੁਕ ਲੁਕ ਕੇ ਰੋਣਾ। ਕਿਸੇ ਦੀ ਫੌਤਗੀ ਹੁੰਦੀ ਸੀ, ਮੈਨੂੰ ਉਹਨਾਂ ਦੇ ਰੋਣਾ ਨਹੀਂ ਸੀ ਆਉਂਦਾ, ਮੈਂ ਆਪਣੇ ਬਾਪ ਨੂੰ ਯਾਦ ਕਰਕੇ ਰੋਂਦੀ ਸਾਂ, ਕਿਉਂਕਿ ਮੈਨੂੰ ਲੱਗੀ ਸੀ। ਔਰ ਜਦ ਤੱਕ ਤੁਹਾਨੂੰ ਨਹੀਂ ਲੱਗੇਗੀ ਤੁਸੀਂ ਨਹੀਂ ਸਮਝੋਗੇ। ਅਤੇ ਬਸ
ਮੇਰਾ ਅੱਜ ਦਾ ਮੈਸੇਜ ਇੱਥੇ ਹੀ ਹੈ। ਇੰਨਾ ਕੀ ਸੀ ਤੁਹਾਡੇ ਵਾਸਤੇ, ਸਮਝ ਜਾਓਗੇ ਤਾਂ ਚੰਗਾ ਹੈ, ਨਹੀਂ ਸਮਝੋਗੇ ਤਾਂ ਫਿਰ ਤੁਸੀਂ ਖੁਦ ਇਹਦੇ ਜ਼ਿੰਮੇਦਾਰ ਹੈਗੇ ਹੋ। ਹਾਂਡੀ ਨੂੰ ਅਜੇ ਲੇਟ ਹੈ ਅਤੇ ਮੈਂ ਕਿਹਾ ਮੈਂ ਵੀਡੀਓ ਮੁਕੰਮਲ ਕਰਕੇ ਲਗਾ ਦੇਵਾਂ ਔਰ ਰਿਕੁਐਸਟ ਕਰ ਦੇਵਾਂ ਕਿ ਖੁਦਾ ਦਾ ਖੌਫ ਕਰੋ, ਇਸ ਤਰ੍ਹਾਂ ਕਿਸੇ ਨੂੰ ਜ਼ਲੀਲ ਨਹੀਂ ਕਰੀਦਾ। ਤੂੰ ਮੈਨੂੰ ਪਰੂਫ ਦੇ ਪਲਵਸ਼ਾ ਦਾ ਕਿ ਉਹਨੇ ਕਿਹੜੀ ਵੀਡੀਓ 'ਚ ਕਿਹਾ ਕਿ ਮੇਰੀ ਬੇਟੀ ਦੀ ਇਹਨੇ ਤਸਵੀਰ ਵਾਇਰਲ ਕੀਤੀ ਹੈ। ਮੈਂ ਉਹਦੇ ਨਾਲ ਰਿਸ਼ਤੇਦਾਰੀ ਵੀ ਛੋੜ ਦੇਵਾਂਗੀ, ਮੈਂ ਉਹਦੇ ਨਾਲ ਤਲਕ ਵੀ ਛੋੜ ਦਾਂਗੀ, ਮੈਂ ਤੇਰੇ ਨਾਲ ਖੜੀ ਹੋਵਾਂਗੀ। ਔਰ ਬਾਕੀ ਰਹਿ ਗਈ ਹਿਨਾ ਦੀ ਗੱਲ, ਉਹਦੇ ਤੂੰ ਬੁਲਾ, ਉਹ ਇਕੱਲੀ ਕੁੜੀ ਲੜ ਰਹੀ ਹੈ ਆਪਣੇ ਹਾਲਾਤਾਂ ਦੇ ਨਾਲ। ਕੁਛ ਸ਼ਰਮ ਕਰੋ, ਕੁਛ ਸ਼ਰਮ ਕਰੋ ਅਗਰ ਹੈ ਵੀ ਤਾਂ। ਇਹਦੇ ਨਾਲ ਇਜਾਜ਼ਤ ਦਿਓ, ਅੱਲਾ ਹਾਫਿਜ਼। ਮੇਰੇ ਦਿਮਾਗ ਨੂੰ ਹੁਣ ਚੜ ਗਿਆ, ਉਹ ਕੀ ਕਹਿੰਦੇ ਨੇ, ਬਲੱਡ ਚੜ ਗਿਆ ਮੇਰੇ ਦਿਮਾਗ ਨੂੰ। ਇਹ ਨਾ ਹੋਏ ਕਿ ਬਹੁਤਾ ਕੰਮ ਖਰਾਬ ਹੋ ਜਾਏ। ਅੱਲਾ ਹਾਫਿਜ਼।